ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੇ ਲਈ ਸੰਘਰਸ਼ ਬਹੁਤ ਹੋਇਆ। ਸਵਾਲ ਇਹ ਵੀ ਉੱਠੇ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ, ਬੰਦੀ ਸਿੰਘ ਇਹਨਾਂ ਨੂੰ ਛੱਡਣਾ ਚਾਹੀਦਾ। ਬਹੁਤਿਆਂ ਨੇ ਸੰਘਰਸ਼ ਵੀ ਕੀਤਾ, ਉਹਨਾਂ ਸੰਘਰਸ਼ ਦੇ ਵਿੱਚ ਕਈ ਜਥੇਬੰਦੀਆਂ ਵੀ ਲੱਗੀਆਂ, ਕਈ ਸਿਆਸਤਦਾਨ ਉਹ ਕਹਿੰਦੇ ਅਸੀਂ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ। ਇਹਨਾਂ ਕੋਸ਼ਿਸ਼ਾਂ ਦੇ ਵਿਚਾਲੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਅਮਲ ਸ਼ੁਰੂ ਹੋ ਚੁੱਕਿਆ। ਇਸ ਸਭ ਨੂੰ 550ਵੇਂ ਪ੍ਰਕਾਸ਼ ਪੁਰਬ ਨਾਲ ਜੋੜ ਕੇ ਦੇਖਿਆ ਜਾ ਰਿਹਾ। ਅਤੇ ਇਸ ਤੋਂ ਇਲਾਵਾ ਅਮਲ ਸ਼ੁਰੂ ਹੋਇਆ ਅਤੇ ਅਮਲ ਦੇ ਵਿਚਾਲੇ ਜੇਲ੍ਹ ਪ੍ਰਸ਼ਾਸਨ ਜਾਂ ਸੂਬਾ ਸਰਕਾਰਾਂ ਫੂਕ ਫੂਕ ਕੇ ਕਦਮ ਰੱਖ ਰਹੀਆਂ ਹੈਗੀਆਂ। ਕਈ ਮਾਮਲੇ ਜਿਹੜੇ ਪੰਜਾਬ ਤੋਂ ਬਾਹਰ ਵੀ ਹੋਰ ਸੂਬਿਆਂ ਨਾਲ ਵੀ ਤਾਲੁਕ ਰੱਖਦੇ ਆ, ਇਸ ਲਈ ਥੋੜ੍ਹੀ ਦੇਰੀ ਵੀ ਹੋ ਰਹੀ ਹੈ। ਅਤੇ ਜਿਹੜੇ ਜਿਨ੍ਹਾਂ ਨੂੰ ਖਬਰ ਮਿਲ ਚੁੱਕੀ ਆ ਕਿ ਸਾਡੇ ਪਰਿਵਾਰਕ ਮੈਂਬਰ ਨੂੰ ਛੱਡਿਆ ਜਾ ਰਿਹਾ, ਉਸ ਪਿੰਡ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ, ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈਗਾ। ਅਸੀਂ ਸਵਾਲ ਇੱਕੋ ਪੁੱਛਾਂਗੇ, ਬੰਦੀ ਸਿੰਘਾਂ ਦੀ ਰਿਹਾਈ 'ਤੇ ਬਾਕੀ ਕੀ? ਅਸੀਂ ਬਹਿਸ ਕਿਉਂ ਕਰ ਰਹੇ ਟੂ ਦਾ ਪੁਆਇੰਟ ਵੇ, ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸ ਦਈਏ। ਸਜ਼ਾ ਪੂਰੀ ਕਰ ਚੁੱਕੇ 8 ਬੰਦੀ ਸਿੰਘਾਂ ਦੀ ਜੇਲ੍ਹਾਂ 'ਚੋਂ ਰਿਹਾਈ ਦਾ ਅਮਲ ਸ਼ੁਰੂ ਹੋ ਚੁੱਕਿਆ। ਰਿਹਾਅ ਹੋ ਰਹੇ ਬੰਦੀ ਸਿੰਘਾਂ ਬਾਰੇ ਜੇਲ੍ਹ ਪ੍ਰਸ਼ਾਸਨ ਫੂਕ ਫੂਕ ਕੇ ਕਦਮ ਰੱਖ ਰਿਹਾ, ਕੋਈ ਸੂਚਨਾ ਪਹਿਲਾਂ ਨਹੀਂ ਦਿੱਤੀ ਜਾ ਰਹੀ। ਵੱਖ ਵੱਖ ਸੂਬਾ ਸਰਕਾਰਾਂ ਦੀ ਭੂਮਿਕਾ ਕਰਕੇ ਕੁਝ ਕੈਦੀਆਂ ਦੀ ਰਿਹਾਈ ਦਾ ਅਮਲ ਲਟਕਿਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ 8 ਸਿੱਖ ਕੈਦੀਆਂ ਦੀ ਰਿਹਾਈ ਬਾਰੇ ਖਬਰਾਂ ਆ ਰਹੀਆਂ ਨੇ, ਕੇਂਦਰ ਸਰਕਾਰ ਦੇ ਹੁਕਮਾਂ 'ਤੇ ਪੰਜਾਬ 'ਚੋਂ ਵੱਖ ਵੱਖ ਪ੍ਰਤੀਕਰਮ ਸਾਹਮਣੇ ਆ ਰਹੇ ਨੇ। ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਤਬਦੀਲੀ 'ਤੇ ਰਵਨੀਤ ਬਿੱਟੂ ਨੇ ਵਿਰੋਧ ਜਤਾਇਆ, ਜਿਹੜੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਮਾਮਲੇ 'ਚ MS ਬਿੱਟਾ ਨੇ ਮੁਖਾਲਫਤ ਕੀਤੀ ਹੈ, ਇਹ ਪਹਿਲਾਂ ਤੋਂ ਕਰਦੇ ਆ ਰਹੇ ਨੇ, ਹੁਣ ਵੀ ਕੀਤੀ ਹੈ। ਸੰਬੰਧਿਤ ਪਿੰਡਾਂ ਅਤੇ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ, ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ। ਅਤੇ ਨੰਦ ਸਿੰਘ ਹੋਰੀ ਜਦੋਂ ਬਾਹਰ ਆਏ ਆ, ਉਹਨਾਂ ਨੇ ਵੀ ਧੰਨਵਾਦ ਕੀਤਾ ਹੈਗਾ ਜਦੋਂ ਪਟਿਆਲਾ ਜੇਲ੍ਹ 'ਚੋਂ ਬਾਹਰ ਆਏ ਆ। ਸਵਾਲ ਇੱਕੋ ਪੁੱਛਿਆ ਜਾਵੇਗਾ, ਸਵਾਲ ਇਹ ਪੁੱਛਿਆ ਜਾਵੇਗਾ, ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਾਲ ਸਿਆਸਤ ਕੀ ਹਾਸਲ ਕਰਨਾ ਚਾਹੁੰਦੀ ਹੈ? ਇਸ ਸਵਾਲ 'ਤੇ ਬਹਿਸ ਕਰਾਂਗੇ, ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਜੈ ਸਿੰਘ ਛਿੱਬਰ ਸੀਨੀਅਰ ਜਰਨਲਿਸਟ ਨੇ, ਛਿੱਬਰ ਸਾਹਿਬ ਦਾ ਲੰਬਾ ਤਜਰਬਾ ਹੈਗਾ, ਅਤੇ ਛਿੱਬਰ ਸਾਹਿਬ ਤੋਂ ਦੀ ਕੋਸ਼ਿਸ਼ ਕਰਾਂ ਕਿ ਫੂਕ ਫੂਕ ਕੇ ਕਦਮ ਕਿਉਂ ਰੱਖੇ ਜਾ ਰਿਹਾ, ਕਿ ਵਜ੍ਹਾ ਹੈ ਕਿ ਹੈ। ਛਿੱਬਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੁਰਪ੍ਰੀਤ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ ਬੁਲਾਰੇ ਢਿੱਲੋਂ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਕਰਨੈਲ ਸਿੰਘ ਪੀਰ ਮੁਹੰਮਦ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਨੇ, ਪੀਰ ਮੁਹੰਮਦ ਸਾਹਿਬ ਖੁਦ ਇਹਨਾਂ ਸੰਘਰਸ਼ਾਂ ਦੇ ਵਿੱਚ ਆਪਦੇ ਆਪ ਨੂੰ ਸ਼ਾਮਿਲ ਦੱਸਦੇ ਆ ਰਹੇ ਆ, ਅਤੇ ਹੁਣ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂ ਕਿ ਇਹ ਕਿਸ ਤਰ੍ਹਾਂ ਦਾ ਪ੍ਰਤੀਕਰਮ ਹੈ। ਪੀਰ ਮੁਹੰਮਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਮਾਲਵੀ ਸਿੰਘ ਮਾਲੀ ਪੋਲੀਟੀਕਲ ਕਮੈਂਟੇਟਰ ਤੌਰ 'ਤੇ ਵਿਚਰਦੇ ਨੇ, ਮਾਲੀ ਸਾਹਿਬ ਵੀ ਅਕਸਰ ਫੇਸਬੁੱਕ 'ਤੇ ਬੜੀਆਂ ਪੋਸਟਾਂ ਪਾਉਂਦੇ ਰਹਿੰਦੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਜਦੋਂ ਸੰਘਰਸ਼ ਵਿੱਢੇ ਜਾਂਦੇ ਹੈਗੇ ਕਈ, ਤਾਂ ਉਦੋਂ ਵੀ ਇਹ ਆਪਣੀਆਂ ਟਿੱਪਣੀਆਂ ਕਰਦੇ ਰਹਿੰਦੇ ਆ। ਮਾਲੀ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਅੱਜ ਕਿਹੜੀ ਟਿੱਪਣੀ ਲੈ ਕੇ ਆਏ। ਮਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਮਾਲੀ ਸਾਹਿਬ ਤੁਹਾਨੂੰ ਕਰਨਾ ਚਾਹੁੰਗਾ। ਮਾਲੀ ਸਾਹਿਬ, ਕੇਂਦਰ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੁਣ? ਨਹੀਂ, ਸਵਾਲ ਅਸਲ 'ਚ ਧੰਨਵਾਦ ਕਰਨ ਜਾਂ ਨਾ ਕਰਨ ਦਾ ਨਹੀਂ। ਦੇਖੋ, ਇਹ ਜਿਹੜੇ ਬੰਦੇ ਨੇ, ਇਹਨਾਂ ਦਾ ਕਿਸੇ ਨਾਲ ਕੋਈ ਵੱਟ ਦਾ ਰੌਲਾ ਨਹੀਂ ਸੀ, ਇਹਨਾਂ ਦੀ ਨਿੱਜੀ ਲੜਾਈ ਨਹੀਂ ਸੀ। ਪੰਜਾਬ ਦੇ ਵਿੱਚ ਇੱਕ ਪੰਜਾਬ ਦੇ ਹੱਕਾਂ ਖਾਤਰ, ਸਿੱਖਾਂ ਦੇ ਹੱਕਾਂ ਖਾਤਰ ਇੱਕ ਲਹਿਰ ਚੱਲੀ, ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਲਹਿਰ ਚੱਲੀ। ਉਸ ਸਮੇਂ ਦੌਰਾਨ ਬਹੁਤ ਕੁਛ ਵਾਪਰਿਆ, ਦਰਬਾਰ ਸਾਹਿਬ 'ਤੇ ਫੌਜੀ ਹਮਲਾ ਹੋਇਆ ਅਤੇ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਹੋਈ, ਉਦੋਂ ਬਾਅਦ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ। ਬਹੁਤ ਸਾਰੇ ਸੀ ਜਿਹੜੇ ਉਦੋਂ ਮੁੰਡੇ ਸੀ ਜਿਹੜੇ ਉਹ ਜੇਲ੍ਹਾਂ 'ਚੋਂ ਰਿਹਾਅ ਹੋਏ, ਉਹਨਾਂ 'ਚੋਂ ਬਹੁਤ ਸਾਰੇ ਮੁੱਖ ਧਾਰਾ 'ਚ ਵੀ ਆ ਗਏ, ਅਕਾਲੀ ਦਲ 'ਚ ਵੀ ਆ ਗਏ, ਕਾਂਗਰਸੀਆਂ ਦੇ ਵਿੱਚ ਵੀ ਆ ਗਏ, ਹਰਮਿੰਦਰ ਗਿੱਲ, ਵਿਰਸਾ ਬਲਟੋਹਾ ਅਤੇ ਹੋਰ ਕਿੰਨੇ ਬੰਦਿਆਂ ਦੇ ਆਪਾਂ ਨਾਂ, ਮਹਿਤਾ, ਰਜਿੰਦਰ ਮਹਿਤਾ ਨਾਂ ਗਿਣਾ ਸਕਦੇ ਹਾਂ। ਪਰ ਕਿਉਂਕਿ ਉਦੋਂ ਵੀ ਇਨਸਾਫ਼ ਨਹੀਂ ਮਿਲਿਆ ਸੀ, ਇਸ ਕਰਕੇ ਉਹ ਲੜਾਈ ਜਾਰੀ ਰਹੀ, ਲੜਾਈ ਦਾ ਰੁੱਖ ਸੀ ਜਿਹੜਾ ਹਥਿਆਰਬੰਦ ਹੋ ਗਿਆ। ਉਸ ਲੜਾਈ ਦੇ ਵਿੱਚ ਵੀ ਹਜ਼ਾਰਾਂ ਮੁੰਡੇ ਸੀ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ, ਇਹ ਜ਼ਿਲ੍ਹਾ ਦੇ ਵਿੱਚ ਗਏ। ਮੈਨੂੰ ਤੁਹਾਡੇ ਜਵਾਬ ਵਿੱਚੋਂ ਇੱਕ ਸਵਾਲ ਲੱਭ ਰਿਹਾ ਹੈਗਾ ਕਿ ਧੰਨਵਾਦ ਕਿਉਂ ਕੀਤਾ ਜਾਵੇ? ਇਸ ਕਰਕੇ ਧੰਨਵਾਦ ਨਾ ਕੀਤਾ ਜਾਵੇ, ਮੈਂ ਕਹਿੰਦਾ ਵੀ ਕਿਉਂਕਿ ਤੁਸੀਂ ਤਾਕੀਆਂ ਲਾ ਰਹੇ ਹੋ। ਜੇ ਤੁਸੀਂ ਇੱਕ ਲਹਿਰ ਦੇ ਨਾਲ ਇਨਸਾਫ਼ ਕਰਨਾ, ਉਹਨੂੰ ਸਮੁੱਚਾ ਇਨਸਾਫ਼ ਦਿਓ ਨਾ ਜੀ। ਇਕੱਲੇ 8 ਬੰਦੀ ਸਿੰਘ ਕਿਉਂ, ਜਿਹੜੇ ਹਜ਼ਾਰਾਂ ਨੇ ਜਿਨ੍ਹਾਂ ਨੇ ਕੈਦਾਂ ਭੁਗਤੀਆਂ ਨੇ, ਜਿਨ੍ਹਾਂ ਦਾ ਭਵਿੱਖ ਖਰਾਬ ਹੋਇਆ, ਜਵਾਨੀਆਂ ਗਾਲ ਲੀਆਂ, ਤੁਸੀਂ ਇਹਨਾਂ ਤੋਂ ਮਾਫ਼ੀ ਮੰਗੋ ਨਾ ਜੀ। ਆਮ ਕੈਦੀ ਆ ਜਿਹੜਾ ਜਿਹੜਾ ਨਿੱਜੀ ਹਿੱਤ ਲਈ ਲੜਦਾ, ਉਹਨੂੰ ਤੁਸੀਂ 14 ਸਾਲਾਂ ਦੇ ਵਿੱਚ ਪਰੋਲ ਵੀ ਦਿੰਦੇ ਹੋ, ਰਿਹਾਅ ਵੀ ਕਰਦੇ ਹੋ, ਸਭ ਕੁਛ ਕਰਦੇ ਹੋ। ਜਿਨ੍ਹਾਂ ਨੇ ਇੱਕ ਮਕਸਦ ਖਾਤਰ ਕੁਰਬਾਨੀ ਦਿੱਤੀ, ਮਕਸਦ ਖਾਤਰ ਲੜੇ, ਉਹਦੇ ਨਾਲ ਤੁਸੀਂ ਸਹਿਮਤ ਹੋਵੋ ਨਾ ਹੋ। ਨਹੀਂ, ਹੁਣ ਤਾਂ ਇਹਨਾਂ ਵਿੱਚੋਂ ਕੁਝ ਪਰੋਲ 'ਤੇ ਜਿਹੜੇ ਜਾਂਦੇ ਹੈਗੇ, ਉਦੋਂ ਤਾਂ ਅਹਿਸਾਨ ਕੀਤਾ ਜਾਂਦਾ, ਤੁਹਾਨੂੰ ਪਰੋਲ 'ਤੇ ਭੇਜਤਾ ਸੀ। ਨਹੀਂ, ਮੈਂ ਤੁਹਾਨੂੰ ਇਹੀ ਕਹਿੰਦਾ ਨਾ ਜੀ, ਆਮ ਬੰਦੇ ਜਿਹੜੇ ਲੜਦੇ ਨੇ, ਤੁਸੀਂ ਇਕੱਲੇ ਇੱਕ ਇਹ ਨਹੀਂ ਸਵਾਲ ਵੀ ਸਿੱਖ ਕੈਦੀਆਂ ਦੀ ਗੱਲ ਆ, ਇਹ ਤੋਂ ਬਿਨਾਂ ਹੋਰ ਵੀ ਨੇ।
सियासी तौर पर होर धर्मां नाल संबंधित भी ने जे इन्हां नूं सिख कहदी कहिंदे हिंदू कहदी भी ने ना जी वड्डे वड्डे केसां च फसे हुए जिहड़े एमपी बने हुए ने जिन्हां नूं टिकटां दित्तियां तुसीं जिन्हां जिन्हां नूं मतलब रिहाइयां भी होईयां किसी भी सरकार दा कोई भी चंगा काम उहनूं आपां कदी नहीं सलाउणा भी हां इहदी होगी है ਤੇ ਲੋ ਤੁਹਾਡੇ ਕੋਲ ਆ ਰਿਹਾ ਮਤਲਬ ਇੱਕ ਇੱਕ ਸਾਹ ਤੁਹਾਡੇ ਕੋਲ ਆ ਰਿਹਾ ਲੈ ਕੇ ਬੈਠੇ ਨੇ ਤੇ ਸਾਹ ਪੂਰਾ ਮੌਕਾ ਮਿਲਣ ਲਈ ਤੋਂ ਬਾਅਦ ਪੂਰਾ ਮੌਕਾ ਮਿਲੂਗਾ ਨਾ ਮਿਲੂਗਾ ਫਿਰ ਮੈਂ ਵਿੱਚ ਬੋਲਾਂ ਹਾਂ ਬੋਲੋ ਬੋਲੋ ਮਾਲੀ ਸਾਹਿਬ ਮਾਲੀ ਸਾਹਿਬ ਦੀ ਗੱਲ ਪੂਰੀ ਗੱਲ ਪੂਰੀ ਸੋ ਇਸ ਕਰਕੇ ਆਪਦੇ ਆਪ ਤੇ ਇਹਨਾਂ ਨੂੰ ਸੱਦ ਛੱਡਣਾ ਜਿਹੜਾ ਇਹ ਚੰਗੀ ਗੱਲ ਆ ਪਰ ਬੇਇਨਸਾਫੀ ਦੂਰ ਕਰੋ ਨਾ ਜੀ ਇਹ ਬੰਦੇ ਜੇਲ੍ਹਾਂ 'ਚ ਕਿਉਂ ਗਏ ਉਹ ਕਾਰਨ ਕੀ ਸੀ ਗੱਲ ਕੀ ਸੀ ਉਹਨਾਂ ਨੂੰ ਹੱਥ ਲਾਉਣਾ ਜੀ ਬਿਮਾਰੀ ਨੂੰ ਹੱਥ ਨਹੀਂ ਲਾਉਂਦੇ ਤੁਸੀਂ ਲੱਛਣਾਂ ਨੂੰ ਹੱਥ ਲਾ ਰਹੇ ਹੋ ਸੋ ਇਸ ਕਰਕੇ ਇਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਜਿਹੜੀ ਇਹਨਾਂ ਨਾਲ ਬੇਇਨਸਾਫੀ ਹੋਈ ਆ ਢਿੱਲੋ ਸਾਹਿਬ ਜੀ ਤੁਹਾਨੂੰ ਤੁਹਾਨੂੰ ਜਾਂ ਇਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਰਹੀਆਂ ਹੈਗੀਆਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਇਹਨਾਂ ਬੰਦੀ ਸਿੰਘਾਂ ਤੋਂ ਮੈਂ ਇੱਕ ਗੱਲ ਕਹੂੰਗਾ ਇੱਥੇ ਮਾਲੀ ਸਾਹਿਬ ਨੇ ਹੋਰ ਹੀ ਡਾਇਰੈਕਸ਼ਨ ਲੈ ਲਈ ਹੈ ਹੋਰ ਹੀ ਡਾਇਰੈਕਸ਼ਨ ਦੇ ਦਿੱਤੀ ਹੈ ਕੁਛ ਦਿਨ ਪਹਿਲਾਂ ਆਪਾਂ ਇੱਥੇ ਡਿਬੇਟ ਕਰਦੇ ਪਏ ਸੀ ਅਤੇ ਗੱਲ ਚੱਲੀ ਸੀ ਕਿ ਜਿਹੜੇ ਵੀ ਉਸ ਸਮੇਂ ਦੇ ਦੌਰਾਨ ਕੁਝ ਲੋਕ ਬਾਹਰ ਚਲੇ ਗਏ ਨੇ ਅਤੇ ਇੱਥੇ ਕਾਲੀ ਸੂਚੀ 'ਚ ਉਹਨਾਂ ਦਾ ਨਾਮ ਹੈ ਉਹ ਕਾਲੀ ਸੂਚੀ 'ਚੋਂ ਬਾਹਰ ਕੱਢੇ ਗਏ ਇਸੇ ਗੌਰਮੈਂਟ ਨੇ ਨਰਿੰਦਰ ਮੋਦੀ ਸਰਕਾਰ ਨੇ ਉਹਨਾਂ ਨੂੰ ਘਰ ਵਾਪਸ ਪਰਤਣ ਦਾ ਇੱਕ ਮੌਕਾ ਦਿੱਤਾ ਠੀਕ ਉਦੋਂ ਆਪਣੀ ਡਿਬੇਟ ਦੇ ਵਿੱਚ ਆਹ ਗੱਲ ਵੀ ਹੋਈ ਸੀ ਵੀ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਦਾ ਬੜਾ ਚਿਰ ਤੋਂ ਇਹ ਚੱਲਿਆ ਆ ਰਿਹਾ ਕਿ ਇਹਨਾਂ ਦੀ ਰਿਹਾਈ ਬਾਰੇ ਸੰਘਰਸ਼ ਵੀ ਹੋ ਰਿਹਾ ਇਹਨਾਂ ਦੀ ਰਿਹਾਈ ਬਾਰੇ ਗੱਲਾਂ ਵੀ ਹੋ ਰਹੀਆਂ ਨੇ ਕਿ ਇੱਕ ਇਹ ਵੀ ਹੋਊਗਾ ਕਿ ਨਹੀਂ ਤਾਂ ਉਸ ਦਿਨ ਮੈਂ ਤੁਹਾਡੇ ਚੈਨਲ ਦੇ ਉੱਤੇ ਬੋਲ ਕੇ ਗਿਆ ਸੀ ਕਿ ਇਹ ਵੀ ਹੋਏਗਾ ਕਿਉਂਕਿ ਮੋਦੀ ਸਰਕਾਰ ਦੀ ਨੀਤੀ ਨੀਅਤ ਸਪਸ਼ਟ ਸਾਫ਼ ਹੈ ਅਸੀਂ ਜੇ ਕੰਮ ਕਰਨਾ ਉਹ ਕਰਨਾ ਤੁਸੀਂ ਦੇਖਿਆ ਪਿਛਲੇ 6 ਮਹੀਨਿਆਂ ਦੇ ਸਰਕਾਰ ਬਣਨ ਤੋਂ ਬਾਅਦ ਤੜਾ ਤੜ ਫੈਸਲੇ ਕੀਤੇ ਨੇ ਔਰ ਇਹੋ ਜਿਹੇ ਫੈਸਲੇ ਕੀਤੇ ਨੇ ਜਿਹੜੇ ਬੜੇ ਲੰਬੇ ਸਮੇਂ ਤੋਂ ਪੈਂਡਿੰਗ ਚੱਲਦੇ ਆ ਰਹੇ ਸੀਗੇ ਔਰ ਅੱਜ ਸਾਡੀ ਕੌਮ ਨੂੰ ਪਤਾ ਨਹੀਂ ਕੀ ਹੋ ਜਾਂਦਾ ਚੰਗੇ ਕੰਮ ਦੀ ਵੀ ਆਪਾਂ ਤਾਰੀਫ ਨਹੀਂ ਕਰ ਸਕਦੇ ਸਾਹਿਬ ਇੱਕ ਸਵਾਲ ਤਾਂ ਲੈ ਲਓ ਟਿੱਲੋ ਸਾਹਿਬ ਇਸ ਤੋਂ ਪਹਿਲਾਂ ਵੀ ਤੁਹਾਡੀ ਸਰਕਾਰ ਰਹੀ ਹੈਗੀ ਆ ਉਦੋਂ ਵੀ ਸਜ਼ਾ ਪੂਰੀ ਕਰ ਚੁੱਕੇ ਸੀ ਉਦੋਂ ਇਹ ਫੈਸਲਾ ਕਿਉਂ ਨਹੀਂ ਕੀਤਾ ਗਿਆ ਫੈਸਲੇ ਜਦੋਂ ਹੋਣੇ ਹੁੰਦੇ ਨੇ ਉਹ ਸਮੇਂ ਦਾ ਉਸ ਹਿਸਾਬ ਨਾਲ ਹੀ ਹੁੰਦੇ ਨੇ ਤੇ ਅੱਜ ਆਪਾਂ ਕਹਿ ਦਈਏ ਅੱਜ ਹੁਣ ਜੋ ਇਹਨਾਂ ਨੇ ਗੱਲ ਕਹੀ ਆ ਮਾਲੀ ਸਾਹਿਬ ਨੇ ਕਿ ਇਹ ਨਹੀਂ ਜੀ ਇਹਦੇ ਤੋਂ ਵੀ ਅਸੀਂ ਖੁਸ਼ ਨਹੀਂ ਉਦਣ ਇਹ ਤੋਂ ਅਗਲੀ ਆਹ ਚੀਜ਼ ਹੋਣੀ ਚਾਹੀਦੀ ਆ ਉਹ ਚੀਜ਼ ਵੀ ਹੋ ਜੂਗੀ ਹੌਸਲਾ ਰੱਖ ਕੇ ਚੱਲੋ ਇਹ ਸਰਕਾਰ ਬੜੀ ਸਾਫ਼ ਗੋਈ ਦੇ ਨਾਲ ਅੱਗੇ ਵੱਧਦੀ ਪਈ ਹੈ ਔਰ ਹਰ ਇੱਕ ਚੀਜ਼ ਜਿਹੜਾ ਸਿੱਖਾਂ ਦੇ ਹੱਕ ਦੇ ਵਿੱਚ ਜਿਹੜੇ ਫੈਸਲੇ ਆਉਂਦੇ ਪਏ ਨੇ ਇਹਦਾ ਜਿਹੜਾ ਸਵਾਗਤ ਕਰਨਾ ਸਿੱਖੀਏ ਆਪਾਂ ਹਰ ਵਾਰੀ ਨਾਰਾਜ਼ਗੀ ਅਤੇ ਹਰ ਵਾਰੀ ਉਹੋ ਜਿਹੀਆਂ ਗੱਲਾਂ ਕਰ ਕਰਕੇ ਕੜੱਤਣ ਭਰ ਭਰ ਕੇ ਕਿਉਂ ਲੋਕਾਂ ਦੇ ਦਿਮਾਗਾਂ ਦੇ ਵਿੱਚ ਆਪਾਂ ਕੜੱਤਣ ਪਾਉਂਦੇ ਹਾਂ ਜੇ ਸਰਕਾਰ ਚੰਗਾ ਕੰਮ ਕਰਦੀ ਤਾਂ ਉਹਦੀ ਤਾਰੀਫ ਕਰਿਆ ਕਰੋ ਮੈਂ ਇਹ ਬੇਨਤੀ ਕਰਦਾ ਸਾਰਿਆਂ ਨੂੰ ਛਿੱਬੜ ਸਾਹਿਬ ਹੁਣ ਸਵਾਲ ਹੈ ਜਿਹੜਾ ਉਹ ਇਹਨਾਂ ਬੰਦੀ ਸਿੰਘਾਂ ਤੋਂ ਮਾਫ਼ੀ ਅਤੇ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਸਵਾਗਤ 'ਤੇ ਆ ਕੇ ਅਟਕ ਗਿਆ ਤੁਸੀਂ ਕਿਹੜੇ ਪਾਸੇ ਖੜੇ ਹੋ ਕੇ ਪੀ ਜੀ ਦੇਖੋ ਗੱਲ ਸਵਾਗਤ ਠੀਕ ਹੈ ਵੀ ਜਿਨ੍ਹਾਂ ਦੇ ਬੱਚੇ ਭੈਣ ਭਾਈ ਜਾਂ ਪਤੀ ਜਾਂ ਰਿਸ਼ਤੇਦਾਰ ਬਾਹਰ ਆ ਰਹੇ ਆ ਉਹ ਸਵਾਗਤ ਕਰ ਦੇਣਗੇ ਪਰ ਜਿਹੜੀ ਗੱਲ ਮਾਲੀ ਜੀ ਨੇ ਕੀਤੀ ਹੈ ਨਾ ਵੀ ਉਹਨਾਂ ਲੋਕਾਂ ਨੇ ਜਿੰਨੀ ਮਤਲਬ ਇਹਨਾਂ ਨੇ ਕਾਨੂੰਨ ਨੂੰ ਤੋੜਿਆ ਜਾਂ ਜੋ ਇਹਨਾਂ ਨੇ ਕ੍ਰਾਈਮ ਕੀਤਾ ਜਿੰਨੀ ਉਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਬਣਦੀ ਸੀਗੀ ਉਹਦੇ ਨਾਲੋਂ ਕਈ ਗੁਣਾ ਵੱਧ ਮਤਲਬ ਸਜ਼ਾ ਜਿਹੜੀ ਉਹ ਭੁਗਤ ਚੁੱਕੇ ਨੇ ਮਤਲਬ ਜਿਹੜੇ ਲੋਕ ਜਵਾਨੀ ਦੀ ਅਵਸਥਾ ਵਿੱਚ ਜਵਾਨੀ ਸਮੇਂ ਜੇਲ੍ਹਾਂ 'ਚ ਗਏ ਅਤੇ ਅੱਜ ਉਹ ਬਜ਼ੁਰਗ ਹੋ ਕੇ ਚਿੱਟੀਆਂ ਦਾੜੀਆਂ ਹੋ ਕੇ ਬਾਹਰ ਆਉਣ ਨਾਲ ਉਹਨਾਂ ਦਾ ਪਰਿਵਾਰ ਦੱਸਦਾ ਵੀ ਸਾਡੇ ਲੱਖਾਂ ਰੁਪਏ ਖਰਚ ਹੋ ਗਏ ਪਰਿਵਾਰ ਦੇ ਕੁਝ ਮੈਂਬਰ ਤੁਰ ਗਏ ਆ ਸਾਨੂੰ ਪਤਾ ਨਹੀਂ ਸੀਗਾ ਵੀ ਅਸੀਂ ਜਾਣਾ ਕਿਹੜੇ ਰਾਹ ਹੈਗਾ ਬਿਲਕੁਲ ਦੇਖੋ ਉਦੋਂ ਹਾਲਾਤ ਇੱਦਾਂ ਦੇ ਬਣੇ ਜਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੇ ਉਦੋਂ ਉਹ ਸੰਘਰਸ਼ ਦਾ ਜਿਹੜਾ ਰਾਹ ਚੁਣਿਆ ਉਸ ਤੋਂ ਬਾਅਦ ਚਲੋ ਮੁਕੱਦਮੇਬਾਜ਼ੀ ਚੱਲੀ ਜੋ ਕਾਨੂੰਨ ਆ ਭਾਰਤੀ ਸੰਵਿਧਾਨ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਜ਼ਾਵਾਂ ਹੋਈਆਂ ਜਾਂ ਬਿਨਾਂ ਸਜ਼ਾ ਹੋਣ ਤੋਂ ਹੀ ਟ੍ਰਾਇਲ ਚੱਲਦਾ ਰਿਹਾ ਇੰਨਾ ਲੰਬਾ ਟ੍ਰਾਇਲ ਚੱਲਿਆ ਵੀ ਜਿੰਨੀ ਮੰਨ ਲਓ ਉਹਨਾਂ ਨੂੰ ਉਸ ਕਾਨੂੰਨ ਦੇ ਮੁਤਾਬਕ ਜੋ ਉਹਨਾਂ ਨੇ ਕ੍ਰਾਈਮ ਕੀਤਾ ਉਹਨੂੰ ਸਜ਼ਾ ਮਿਲਣੀ ਤੇ ਉਹਦੇ ਨਾਲ ਉਹ ਕਾਫੀ ਜ਼ਿਆਦਾ ਜਿਹੜੀਆਂ ਸਜ਼ਾਵਾਂ ਭੁਗਤ ਚੁੱਕੇ ਤੇ ਕੇਪੀ ਜੀ ਗੱਲ ਇਹ ਆ ਸਵਾਲ ਇਹ ਹੈ ਵੀ 8 ਲੋਕਾਂ ਨੂੰ ਛੱਡ ਕੇ ਕਿਉਂ ਬਹੁਤ ਵੱਡੇ ਪੱਧਰ ਪਰ ਜਾਂ ਵਿਸ਼ਵ ਪੱਧਰ ਪਰ ਜਾਂ ਪੰਜਾਬੀਆਂ ਦਾ ਦਿਲ ਜਿੱਤਣ ਦੇ ਕਿਉਂ ਮਤਲਬ ਉਹ ਆਪਣੇ ਆਪ ਨੂੰ ਬੱਲੇ ਬੱਲੇ ਕਰਵਾਈ ਆ ਗੱਲ 8 ਕੈਦੀਆਂ ਨੂੰ ਛੱਡਣ ਦੀ ਨਹੀਂ ਇਹ ਤਾਂ ਪਹਿਲਾਂ ਹੀ ਪੂਰੀ ਗੱਲ ਤਾਂ ਇਹਦੇ ਪਿੱਛੇ ਜਿਹੜੇ ਪੜਦ ਦੇ ਪਿੱਛੇ ਲੁਕੀ ਹੋਈ ਗੱਲ ਇਹ ਆ ਜਿਹੜੀ ਇਹ ਮਤਲਬ ਸਰਕਾਰ ਆ ਉਹ ਜਿਹੜੇ ਵੱਡੀ ਪੱਧਰ ਦੇ ਜਿਹੜੇ ਪੁਲਿਸ ਮੁਲਾਜ਼ਮ ਨੇ ਅਧਿਕਾਰੀ ਨੇ ਉਹਨਾਂ ਨੂੰ ਛੱਡਣ ਵਾਸਤੇ ਇੱਕ ਰਸਤਾ ਅਖਤਿਆਰ ਕੀਤਾ ਜਾ ਰਿਹਾ ਹੈ ਇਹ ਬਹੁਤ ਵੱਡਾ ਪੁਆਇੰਟ ਚੁੱਕ ਲਿਆ ਤੁਸੀਂ ਮੈਂ ਇੱਕ ਛੋਟਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆ ਕੇ ਇਸ ਡਿਬੇਟ ਨੂੰ ਅੱਗੇ ਵਧਾਊਂਗਾ ਪਰਦੇ ਪਿੱਛੇ ਕੀ ਹੈਗਾ ਜੇ ਪਰਦੇ ਪਿੱਛੇ ਕੁਛ ਹੈਗਾ ਤਾਂ ਉਸ ਪਰਦੇ ਨੂੰ ਫਰੋਲਣਾ ਜ਼ਰੂਰੀ ਹੈਗਾ ਜੇ ਪਰਦੇ ਨੂੰ ਫਰੋਲਾਂਗੇ ਨਹੀਂ ਤਾਂ ਪਤਾ ਲੱਗੇਗਾ ਕਿ ਨਹੀਂ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਬਾਕੀ ਕੀ ਹੈਗਾ ਬ੍ਰੇਕ ਤੋਂ ਵਾਪਸ ਆ ਕੇ ਬਾਕੀ ਸਵਾਲ ਕਰੂੰਗਾ ਜ਼ਰੂਰ
ਸਵਾਲ ਕੋਈ ਪੁੱਛ ਰਿਹਾ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਡਿਬੇਟ ਦੇ ਵਿੱਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਾਲ ਸਿਆਸਤ ਕੀ ਹਾਸਲ ਕਰਨਾ ਚਾਹੁੰਦੀ ਹੈ? ਛਿੱਬੜ ਸਾਹਿਬ, ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ ਹੋ। ਕਿਰਪਾ ਜੀ, ਗੱਲ ਇਹ ਮੈਂ ਦੱਸ ਰਿਹਾ ਸੀਗਾ ਵੀ 8 ਕੈਦੀਆਂ ਨੂੰ ਛੱਡਣ ਤੋਂ ਇਲਾਵਾ ਜਿਹੜੇ ਜੇਲ੍ਹਾਂ ਦੇ ਵਿੱਚ ਨਾ ਪੁਲਿਸ ਮੁਲਾਜ਼ਮ ਬੈਠੇ ਆ ਜਿਨ੍ਹਾਂ ਉੱਪਰ ਦੋਸ਼ ਲੱਗਦੇ ਰਹੇ ਨੇ, ਉਹਨਾਂ ਨੇ ਨੌਜਵਾਨਾਂ ਨੂੰ, ਬੇਕਸੂਰ ਨੌਜਵਾਨਾਂ ਨੂੰ ਚੱਕਿਆ, ਝੂਠੇ ਪੁਲਿਸ ਮੁਕਾਬਲੇ ਕੀਤੇ, ਉਹਨਾਂ ਨੂੰ ਚੱਕ ਕੇ ਮਾਰੇ ਗਏ ਆ। ਜਦੋਂ ਜਿਹੜੇ ਖਾਲੜਾ ਸਾਹਿਬ ਤੇ ਉਹਨਾਂ ਨੇ ਉਹਨਾਂ ਦੀ ਪਹਿਚਾਣ ਕੀਤੀ, ਉਹ ਤੋਂ ਬਾਅਦ ਲੰਬਾ ਸਮਾਂ ਕਿਸੇ ਚੱਲੇ ਜਿਹੜੇ ਉਹ ਅਧਿਕਾਰੀ ਨੇ ਕਿਵੇਂ ਨਾ ਕਿਵੇਂ ਜਿਹੜੇ ਪੰਜਾਬ ਪੁਲਿਸ ਦੇ ਜਾਂ ਨੈਸ਼ਨਲ ਪੱਧਰ ਦੇ ਜਿਹੜੇ ਕੌਮ ਉੱਥੇ ਅਧਿਕਾਰੀ ਬੈਠਣੇ ਉਹਨਾਂ ਨੂੰ ਬਚਾਉਣ ਵਾਸਤੇ ਲੱਗੇ ਹੋਏ ਨੇ। ਤੁਹਾਡੇ ਯਾਦ ਹੋਣਾ ਜੁਲਾਈ ਦੇ ਵਿੱਚ ਲੁਧਿਆਣੇ ਦੇ ਨੇੜੇ ਪੈਂਦਾ ਪਿੰਡ ਸਹਾਰਨ ਮਾਜਰਾ, ਉੱਥੇ ਦਾ ਹਰਜੀਤ ਸਿੰਘ ਮੁੰਡਾ ਜਿਹੜਾ ਪੁਲਿਸ ਨੇ ਚੱਕ ਕੇ ਮਾਰਿਆ ਸੀਗਾ, ਜਿਹਦੇ ਵਿੱਚ 3 ਜਿਹੜੇ ਅਧਿਕਾਰੀ ਸੀਗੇ ਉਹ ਦਿੱਲੀ ਯੂਪੀ ਪੁਲਿਸ ਦੇ ਸੀਗੇ। ਜੁਲਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ, ਗਵਰਨਰ ਪੰਜਾਬ ਵੱਲੋਂ ਉਹਨਾਂ 4 ਜਿਹੜੇ ਅਫਸਰ ਆ ਉਹਨਾਂ ਨੂੰ ਰਿਹਾਅ ਕੀਤਾ ਗਿਆ। ਉਹ ਤੋਂ ਬਾਅਦ ਜਿਹੜੇ ਪੰਜਾਬ ਪੁਲਿਸ ਦੇ ਹੋਰ ਅਧਿਕਾਰੀ ਸੀਗੇ ਉਹਨਾਂ ਨੂੰ ਛੱਡਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜੀ ਕੇਂਦਰੀ ਗ੍ਰਹਿ ਮੰਤਰਾਲੇ ਆ ਉਹਨੂੰ ਚਿੱਠੀ ਭੇਜ ਗਏ। ਉਹ ਤੋਂ ਇਲਾਵਾ ਜਿਹੜੇ ਹੋਰ ਹੁਣ ਅੰਦਰ ਬੈਠੇ ਨੇ ਜਿਹਨਾਂ, ਚਾਹੇ ਉਹਨਾਂ ਵਿੱਚ ਜਸਪਾਲ ਸਿੰਘ ਆ, ਚਾਹੇ ਕੋਈ ਜਿਹਨਾਂ ਨੇ ਆਪਣਾ ਟੱਟ ਕੇ ਸਾਲੇ ਆ, ਬਹੁਤ ਅਜਿਹੇ ਅਧਿਕਾਰੀ ਨੇ ਜਿਹੜੇ ਜੇਲ੍ਹਾਂ ਦੇ ਅੰਦਰ ਬੈਠੇ ਨੇ ਤੇ ਉਹਨਾਂ ਨੂੰ ਛਡਾਉਣ ਵਾਸਤੇ, ਕਿ ਭਾਈ ਜੀ ਉਹਨਾਂ ਨੂੰ ਛਡਾਉਣ ਵਾਸਤੇ ਸਿਰਫ 8 ਬੰਦਿਆਂ ਨੂੰ ਇਹ ਛੱਡਿਆ ਜਾ ਰਿਹਾ ਤਾਂ ਕਿ ਉਹਦੀ ਆੜ ਹੇਠ ਜਿਹੜੇ ਵੱਡੇ ਪੱਧਰ ਤੇ ਜਿਹੜੇ ਪੁਲਿਸ ਮੁਲਾਜ਼ਮ ਆ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿੱਤਾ ਜਾਵੇ। ਕਰਨੈਲ ਸਿੰਘ ਵੀਰਮਤ, ਤੁਸੀਂ ਇਸ ਤਰਕ ਨਾਲ ਇਤਫਾਕ ਰੱਖਦੇ ਹੋ ਜਿਹੜਾ ਛਿੱਬੜ ਸਾਹਿਬ ਦੇ ਰਿਹਾ ਕਿ ਪੁਲਿਸ ਵਾਲਿਆਂ ਨੂੰ ਛੱਡਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ? ਇੱਕ ਇਹਨਾਂ ਨੇ ਖਾਲੜਾ ਸਾਹਿਬ ਦਾ ਜ਼ਿਕਰ ਕਰ ਲਿਆ ਵਿੱਚ। ਮੈਨੂੰ ਗੱਲ ਹੁਣ ਕਰਨ ਦਿਆ ਜੇ, ਮੈਂ ਤੁਹਾਨੂੰ ਇਹ ਦੱਸਣੀ ਚਾਹੁੰਦਾ ਕਿ ਜਿਹੜਾ ਸੰਘਰਸ਼ ਕੇਂਦਰ ਸਰਕਾਰ ਨਾਲ ਟਕਰਾਅ ਦਾ 1978 ਤੋਂ, 13 ਅਪ੍ਰੈਲ 1978 ਤੋਂ ਅੱਜ ਟਿਲ ਡੇਟ ਤੱਕ ਚੱਲਦਾ ਆ ਰਿਹਾ, ਉਹਦੇ ਵਿੱਚ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਇੱਕ ਧਿਰ ਜਿਹੜੀ ਹੈ ਉਹਦੇ ਨਾਲ ਸਪਸ਼ਟ ਰੂਪ ਦੇ ਵਿੱਚ ਆਇਡੈਂਟੀਫਾਈ ਕਰਕੇ ਗੱਲ ਨਹੀਂ ਕਰਦੀ, ਉਨੀ ਦੇਰ ਤੱਕ ਕਿਸੇ ਵੀ ਮਸਲੇ ਦਾ ਹੱਲ ਨਹੀਂ। ਤੁਸੀਂ ਇਹ ਦੇਖੋ ਜਿਹੜੇ 25-25 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਨੇ, ਸਾਰਿਆਂ ਬੁਲਾਰਿਆਂ ਨੇ ਕਿਹਾ ਕਿ ਉਹਨਾਂ ਦੀ ਰਿਹਾਈ ਹੋ ਰਹੀ ਹੈ ਉਹਨਾਂ ਦੇ ਵਿੱਚੋਂ 8 ਦੀ, ਪਰ ਪਿਛਲੇ ਸਮੇਂ ਦਰਮਿਆਨ 250 ਨੌਜਵਾਨ ਮੁੰਡਾ, ਮੁੱਛ ਫੁੱਟ ਮੁੰਡਾ ਜਿਹੜੇ 18 ਸਾਲ ਦੀ ਉਮਰ ਦੇ ਆ, ਕੋਈ 22 ਸਾਲ ਦੇ ਆ, ਕੋਈ 25 ਸਾਲ ਦੇ, ਕੋਈ 27 ਸਾਲ ਦੇ ਆ, ਉਹਨਾਂ ਨੂੰ ਫੜ ਕੇ ਅੰਦਰ ਵੀ ਦੇ ਦਿੱਤਾ ਗਿਆ। ਕੀ ਉਹਨਾਂ ਦੀ ਰਿਹਾਈ ਲਈ ਫਿਰ 35-40 ਸਾਲ ਇਸੇ ਤਰ੍ਹਾਂ ਸੰਘਰਸ਼ ਚੱਲੇਗਾ? ਇਹ ਜਿਹੜੀ ਗੱਲ ਆ ਕੇਂਦਰ ਸਰਕਾਰ ਦਾ ਮੈਂ ਸਮਝਣਾ ਕਿ ਅਸੀਂ ਲੰਮੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਹਾਂ ਕਿ ਟੇਬਲ ਟਾਕ ਹੋਣੀ ਚਾਹੀਦੀ ਹੈ, ਬਹੁਤ ਮੈਂ ਸਵਾਗਤ ਕਰਦਾ ਕਿ ਚੰਗੀ ਗੱਲ ਹੈ ਕਿ ਸਵਾਗਤ ਇਸ ਗੱਲ ਦਾ ਹੈ ਕਿ ਇਹ ਇੱਕ ਨੀਤੀਗਤ ਜੇ ਕੇਂਦਰ ਸਰਕਾਰ ਸੋਚਦੀ ਹੈ ਕਿ ਮੈਂ ਸਿੱਖ ਕੌਮ ਦੇ ਨਾਲ ਜਿਹੜਾ, ਕਿਉਂਕਿ ਜਿਹੜੀਆਂ ਮੰਗਾਂ ਨੇ ਉਹ ਤਾਂ ਜਿਉਂਦੀਆਂ ਤਿਉਂ ਖੜੀਆਂ ਨੇ, ਜਿਨ੍ਹਾਂ ਮੰਗਾਂ ਨੂੰ ਲੈ ਕੇ ਇਹਨਾਂ ਨੇ ਸੰਘਰਸ਼ ਕੀਤਾ ਉਹ ਸੰਘਰਸ਼ ਖੂਨੀ ਸੰਘਰਸ਼ ਬਣ ਗਿਆ। ਉਸ ਦੇ ਵਿੱਚ ਸਰਕਾਰੀ ਮਸ਼ੀਨਰੀ ਦੀ ਡਿਊਟੀ ਦੇਣ ਵਾਲੇ ਬੰਦੇ ਵੀ ਮਾਰੇ ਗਏ, ਚਾਹੇ ਉਹ ਪੁਲਿਸ ਦੇ ਸਨ ਚਾਹੇ ਪੈਰਾਮਿਲਟਰੀ ਫੋਰਸ ਦੇ ਸਨ। ਦੂਸਰੇ ਪਾਸੋਂ ਦੂਜੀ ਧਿਰ ਜਿਹੜੀ ਖਾੜਕੂ ਸੀ ਉਹਨਾਂ ਦੇ ਵੀ ਬੰਦੇ ਮਾਰੇ ਗਏ। ਅੱਜ ਜਿਹੜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੇ, ਜਾਂ ਜਿਹੜੇ ਆ ਸਿੰਘਾਂ ਦੀ ਗੱਲ ਹੋ ਰਹੀ, ਭਾਈ ਜਗਤਾਰ ਸਿੰਘ ਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਜਾਂ ਜਿੰਨੇ ਵੀ ਉਹਨਾਂ ਦੇ ਸਾਥੀ ਨੇ ਜਿਨ੍ਹਾਂ ਦੀ ਆਹੀ ਗੱਲ ਕਹਿ ਰਹੇ ਹਾਂ ਕਿ ਭਾਈ ਗੁਰਬਖਸ਼ ਸਿੰਘ ਨੇ ਜਾਂ ਬਾਪੂ ਸੂਰਤ ਸਿੰਘ ਨੇ ਜਾਂ ਹੋਰਾਂ ਨੇ ਜਿਹੜਾ ਇੱਕ ਸੰਘਰਸ਼ ਲੜਿਆ, ਚਾਹੇ ਉਹ ਸੰਘਰਸ਼ ਸੱਚਾ ਸੀ ਝੂਠਾ ਸੀ ਉਹਦਾ ਇੱਕ ਵੱਖਰਾ ਅਧਿਐਨ ਕਰਨ ਦੀ ਲੋੜ ਹੈ, ਲੇਕਿਨ ਉਹ ਜਿਹੜਾ ਸੰਘਰਸ਼ ਹੈ ਉਹ ਹੈਗਾ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਦੀ। ਪਰ ਉਹ ਬੰਦੀ ਸਿੰਘਾਂ ਦੇ ਵਿੱਚੋਂ ਤੁਸੀਂ 8 ਨੂੰ ਰਿਹਾ ਕਰ ਰਹੇ ਹੋ, ਚੰਗੀ ਗੱਲ ਹੈ, ਪਰ ਬਾਕੀਆਂ ਬਾਰੇ ਅਤੇ ਜਿਹੜੇ ਹੁਣ ਫੜੇ ਜਾ ਰਹੇ ਨੇ ਉਹ ਕਿਉਂ, ਕਿਸ ਮਸਲੇ ਵਾਸਤੇ ਫੜੇ ਜਾ ਰਹੇ ਆ? ਉਹਨਾਂ ਦੇ ਵਿੱਚੋਂ ਕੁਝ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਕੋਲੋਂ ਲਿਟਰੇਚਰ ਫੜਿਆ ਗਿਆ ਅਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਮਤਲਬ ਇਹ ਆ ਕਿ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਨੂੰ ਅਸੀਂ ਇਸ ਕਰਕੇ ਰਿਹਾ ਕਰ ਰਹੇ ਹਾਂ ਕਿ ਇਹ ਕੇਂਦਰ ਸਰਕਾਰ ਦੀ ਨੀਤੀ ਹੈ, ਜਿਵੇਂ ਢਿੱਲੋਂ ਸਾਹਿਬ ਦੀ ਪਾਰਟੀ ਜੇ ਇਹ ਨੀਤੀ ਬਣਾ ਕੇ ਚੱਲ ਰਹੀ ਹੈ, ਫਿਰ ਸਿੱਖਾਂ ਦੇ ਨਾਲ ਜਿਹੜਾ ਕੇਂਦਰ ਸਰਕਾਰ ਦਾ ਟਕਰਾਅ ਚੱਲਦਾ ਰਿਹਾ ਕਾਂਗਰਸ ਸਰਕਾਰਾਂ ਵੇਲੇ, ਜੇ ਉਹਦੇ ਨਾਲੋਂ ਤੁਸੀਂ ਵੱਖਰੀ ਦਿੱਖ ਦੇਣਾ ਚਾਹੁੰਦੇ ਹੋ ਤਾਂ ਫਿਰ ਟੇਬਲ ਟਾਕ ਜਿਹੜੀ ਹੈ ਉਹ ਸਾਰੇ ਮਸਲਿਆਂ ਨੂੰ ਲੈ ਕੇ ਹੋਣੀ ਚਾਹੀਦੀ ਹੈ। ਉਹਨਾਂ ਵਿੱਚ ਕੌਣ ਬੈਠੂਗਾ? ਇਹੋ ਤਾਂ ਮੈਂ ਗੱਲ ਕਹਿ ਰਿਹਾ ਕਿ ਉਹ ਧਿਰ, ਇਹੋ ਧਿਰ ਦੇ ਵਿੱਚ ਇੱਕ ਪ੍ਰਕਾਸ਼ ਸਿੰਘ ਬਾਦਲ ਹੈ ਜਿਹਦੇ ਵਿੱਚ ਅਜਿਆਰ ਆਲਮ ਬੈਠਾ, ਜਿਹਦੇ ਵਿੱਚ ਦਰਬਾਰਾ ਸਿੰਘ ਗੁਰੂ ਬੈਠੇ ਨੇ, ਜਿਸ ਦੇ ਵਿੱਚ ਬਹੁਤ ਸਾਰੇ ਹੋਰ ਇਸ ਤਰ੍ਹਾਂ ਦੇ ਲੋਕ ਬੈਠੇ ਨੇ ਜਿਹੜੇ ਖੁਦ ਉਸ ਕਿਲਿੰਗ ਦੇ ਜ਼ਿੰਮੇਵਾਰ ਮੰਨੇ ਜਾਂਦੇ ਆ। ਦੂਸਰੇ ਪਾਸੇ ਜਿਹੜੀਆਂ ਦੂਸਰੀਆਂ ਧਿਰਾਂ ਨੇ, ਜਿਹੜੀਆਂ ਫੈਡਰੇਸ਼ਨ ਦੇ ਵੱਖ ਵੱਖ ਗਰੁੱਪ ਸਨ, ਜਾਂ ਜਿਹੜੇ ਆਪਣੇ ਸ਼੍ਰੋਮਣੀ ਅਕਾਲੀ ਦਲ ਮਾਂ ਨੇ, ਜਾਂ ਜਿਹੜੀਆਂ ਹੋਰ ਪੰਥਕ ਧਿਰਾਂ ਨੇ, ਉਹਨਾਂ ਦੇ ਵਿੱਚੋਂ ਕਿਸੇ ਨਾਲ ਹੁਣ ਇਹ ਕੀ ਕਰ ਰਹੇ ਨੇ, ਵਿਦੇਸ਼ਾਂ ਤੋਂ ਕੁਝ ਬੰਦਿਆਂ ਨੂੰ ਇਹਨਾਂ ਨੇ ਸੱਦਿਆ ਹੋਇਆ, ਉਹਨਾਂ ਦੇ ਨਾਲ ਇਹ ਗੱਲ ਕਰ ਰਹੇ ਨੇ,
और उन्हां दीआं छोटियां छोटियां स्टोरियां सामने आ रही कि आ राय साहब आ रहे ने, ये अपने जी सेवा सिंह लल्ली आ रहे ने, ये अपने कोई होर आ रहा है, उन्हां दे नाल केंद्र सरकार गल्लां कर रही है कि वो जिहड़े आ वो थक चुके आ, टुट चुके ने, जां वो समझ चुके ने कि जो असी संघर्ष लड़ते रहे वो गलत सी। जे वो गलत है संघर्ष तो उन्होंने भी माफ़ी मंगनी चाहिए है कि उन्होंने क्यों नौजवानों उकसाया हथियारबंद संघर्ष लई क्यों मजबूर कीता। सीधे रूप में दसो, मैं सीधे रूप में तुम ये कहना चाहते हो कि श्रोमणी अकाली दल के कोई इस नुमाइंदे कोई टेबल टक नहीं होनी चाहिए सरकार की। दूजी गल तुम कह रहे हो कि वाया विदेशों के कोई गलबात नहीं होनी चाहिए। बिल्कुल, जेडे इत्थे भुगत भोगी ने उन्हां नाल गल होनी चाहिए। गुरप्रीत ढिल्लो ਤੁਸੀਂ ਇਸ ਸਵਾਲ ਦਾ ਕੀ ਜਵਾਬ ਦੋਗੇ? ਮੈਂ ਸਵਾਲ ਦੇ ਨਾਲ ਕੋਈ ਇਤਫਾਕ ਮੈਨੂੰ ਲੱਗਦਾ ਨਹੀਂ ਕਿ ਕਿੰਦੇ ਨਾਲ ਰੱਖਦੇ ਹੋ, ਉਹਨਾਂ ਨਾਲ ਵੀ ਨਹੀਂ ਰੱਖਦੇ, ਇਹਨਾਂ ਨਾਲ ਵੀ ਨਹੀਂ ਰੱਖਦੇ। ਤੁਹਾਡੇ ਨਾਲ ਤਾਂ ਮੈਂ ਰੱਖਦਾ ਹਾਂ, ਤੁਸੀਂ ਫਿਰ ਗੱਲ ਮੈਨੂੰ ਕਰ ਲੈਣ ਦਾ, ਸ਼ੁਰੂ ਤੇ ਕਰ ਲੈਂਦੇ ਹੋ, ਬਾਅਦ ਚ ਟੋਕ ਲਿਆ ਜੇ। ਗੱਲ ਤੇ ਮੈਂ ਇਹ ਕਹਿਣਾ ਵੀ ਇੱਕ ਗੈਸਚਰ ਲਿਆ ਜਾਂਦਾ ਇੱਕ ਚੰਗੇ ਵਾਏ ਵਾਸ ਚੰਗੇ ਪੱਖ ਵਾਸਤੇ ਕਿ ਠੀਕ ਹੈ, ਇੰਨੇ ਚਿਰ ਤੋਂ ਕਿਸੇ ਸਰਕਾਰ ਨੇ ਇਹ ਗੱਲ ਨੂੰ ਬਿਲਕੁਲ ਇਗਨੋਰ ਕਰਕੇ ਰੱਖਿਆ, ਕਿਸੇ ਨਾਲ ਵੀ ਕੋਈ ਨਾ ਗੱਲ ਕੀਤੀ, ਨਾ ਕਿਸੇ ਵਾਲੇ ਕੋਈ ਸੋਚਿਆ। ਅੱਜ ਮੋਦੀ ਸਰਕਾਰ ਸੋਚਦੀ ਹੈ, ਇਸ ਬਾਰੇ ਸਟੈਪ ਲੈਂਦੀ ਹੈ, ਜਿਹੜੇ ਬਲੈਕਲਿਸਟਡ ਨੇ ਉਹਨਾਂ ਨੂੰ ਬਲੈਕਲਿਸਟ 'ਚੋਂ ਕੱਢਦੀ ਹੈ, ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੇ ਬਾਰੇ ਸੋਚ ਕੇ ਅੱਜ ਇੱਕ ਵਨ ਅੱਠ ਦੇ ਅੱਠ ਵੀ ਇਕੱਠੇ ਨਹੀਂ ਛੱਡੇ ਗਏ, ਦੋ ਆ ਗਏ ਫਿਰ ਆ ਜਾਣਗੇ, ਅੱਗੇ ਕੇਸ ਹੌਲੀ ਹੌਲੀ ਕੰਸੀਡਰ ਹੋ ਰਹੇ ਆ, ਇੱਕ ਇੱਕ ਕੇਸ ਦੀ ਪੜਤਾਲ ਹੋਣੀ ਹੈ, ਉਹਦੇ ਬਾਰੇ ਚਰਚਾ ਹੋਣੀ ਹੈ, ਹੋਮ ਮਿਨਿਸਟਰੀ ਨੇ ਉਹਨੂੰ ਵੇਖ ਕੇ ਫਿਰ ਛੱਡਣਾ। ਆਪਾਂ ਹੌਸਲਾ ਰੱਖਿਆ ਕਰੀਏ, ਇੱਕ ਤਾਂ ਜਦੋਂ ਵੀ ਕੋਈ ਫੈਸਲਾ ਆਉਂਦਾ ਨਾ ਆਪਾਂ ਉਹਦੀ ਨੈਗੇਟਿਵਿਟੀ ਕਰਨ ਬੈਠ ਜਾਂਦੇ ਹਾਂ, ਉਹਦਾ ਬਾਰੇ ਕਿੰਤੂ ਪਰੰਤੂ ਕਰਨ ਲੱਗ ਜਾਂਦੇ ਹਾਂ, ਪਰਦੇ ਦੇ ਪਿੱਛੇ ਫਰੋਲ ਕੇ ਵੇਖਾਂਗੇ। ਅੱਜ ਜਿੱਦਣ ਬਲੈਕਲਿਸਟ 'ਚੋਂ ਕੱਢੇ ਸੀਗੇ ਉਦਣ ਵੀ ਪਰਦੇ ਫਰੋਲਦੇ ਫਿਰਦੇ ਸੀ ਆਪਾਂ ਇੱਥੇ ਬੈਠੇ, ਕੀ ਨਿਕਲਿਆ? ਕਿਹੜੇ ਬੰਦੇ ਕੱਢੇ ਨੇ ਉਹ ਦੱਸੇ ਤਾਂ ਜਾਏ, ਦੱਸੋ ਨਾ ਕਿਹੜੇ ਬੰਦੇ ਉਹ ਕੱਢੇ ਨੇ, ਕੋਈ ਇੱਕ ਬੰਦੇ ਦਾ ਨਾਮ ਦੱਸੋ ਕਿ ਇਸ ਬੰਦੇ ਨੂੰ ਅਸੀਂ ਉਹ ਬਲੈਕਲਿਸਟ 'ਚੋਂ ਕੱਢਿਆ। ਦੂਜੀ ਗੱਲ ਇਹ ਆ, ਦੂਜੀ ਗੱਲ ਰਿਹਾਈ ਵਾਲਿਆਂ ਦਾ ਪਤਾ ਲੱਗ ਗਿਆ, ਇਹ ਰਿਹਾਈ ਅੱਜ ਦੀ ਨਹੀਂ, ਲੇਕਿਨ ਜੋ ਵੀ ਹੋਇਆ ਮੀਡੀਆ ਇਹਨਾਂ ਬੰਦਿਆਂ ਨਾਲ ਗੱਲ ਕਰਨੀ, ਇਹਨਾਂ ਨਾਲ ਨਹੀਂ। ਬਿਲਕੁਲ, ਇੱਕ ਮਿੰਟ ਆਪਣਾ ਪੀਰ ਮੁਹੰਮਦ ਸਾਹਿਬ ਐਵੇਂ ਵਿੱਚ ਨਾ ਕਰੋ। ਵੇਖੋ ਇਹ ਚੰਗੇ ਵਾਸਤੇ ਹੋ ਰਿਹਾ ਔਰ ਚੰਗੇ ਕੰਮ ਹੋ ਰਹੇ ਨੇ, ਅੱਗੇ ਵੱਧ ਕੇ ਹੋ ਰਹੇ ਨੇ, ਔਰ ਤੁਹਾਨੂੰ ਮੈਂ ਕੋਈ ਸਵਾਲ ਪੜਦਾ ਵੈਰੀ ਆ ਬਣਿਆ ਪਿਆ ਅੱਜ ਦੇ ਟਾਈਮ ਦੇ ਵਿੱਚ। ਪਲੀਜ਼ ਪਲੀਜ਼ ਕੀ ਪ੍ਰਚਾਰਕਾਂ ਦੇ ਨਾਲ ਹੁੰਦਾ ਪਿਆ ਇਮੇਜ ਦੇ ਰੋਜ਼? ਇੱਕ ਮਿੰਟ ਸੁਣੋ, ਢਿੱਲੋ ਸਾਹਿਬ ਤੁਹਾਡਾ ਰੋਪ ਹੈਗੇ, ਤੁਹਾਡਾ ਆਰਗੂਮੈਂਟ ਆ ਗਿਆ ਨਾ, ਢਿੱਲੋ ਸਾਹਿਬ ਤੁਹਾਡਾ ਆਰਗੂਮੈਂਟ ਆ ਗਿਆ, ਮੈਨੂੰ ਮਜਬੂਰ ਨਾ ਕਰਿਆ ਕਰੋ। ਹਾਂ ਮਾਲੀ ਸਾਹਿਬ ਬੋਲੋ। ਦੇਖੋ ਜੀ, ਸਿੱਖਾਂ 'ਚ ਗੰਭੀਰ ਮਤਭੇਦ ਹੈਗੇ ਨੇ, ਸਾਰੀਆਂ ਗੱਲਾਂ ਬਾਰੇ ਹੈਗੇ ਨੇ, ਦਰਬਾਰ ਸਾਹਿਬ 'ਤੇ ਫੌਜੀ ਹਮਲੇ ਬਾਰੇ ਵੀ ਹੈਗੇ ਨੇ। ਜਿਹੜੇ ਬੰਦੇ ਇਹ ਕਹਿ ਕੇ ਸੱਤਾ 'ਚ ਆਏ ਸੀ ਵੀ ਉਹ ਸਾਰੇ ਜ਼ੁਲਮ ਦੀ ਜਾਂਚ ਕਰਾਵਾਂਗੇ ਹਜ਼ਾਰਾਂ ਮੁਕਾਬਲਿਆਂ ਦੀ, ਉਹਨਾਂ ਨੇ ਸ਼ਰੇਆਮ ਕਹਿਤਾ ਵੀ ਅਸੀਂ ਜਾਂਚ ਕਰਾਉਣ ਦੀ ਕੋਈ ਲੋੜ ਨਹੀਂ। ਮਤਭੇਦ ਤਾਂ ਹੋਣਗੇ ਜੀ, ਜਿਹੜੇ ਬੰਦਿਆਂ ਨੇ ਉਹਨਾਂ ਦੀਆਂ ਸ਼ਹੀਦਾਂ ਵਜੋਂ ਦਰਬਾਰ ਸਾਹਿਬ ਦੇ ਵਿੱਚ ਫੋਟੋਆਂ ਲਾਈਆਂ ਹੋਈਆਂ ਨੇ, ਉਹ ਅੱਜ ਉਹਨਾਂ ਨੂੰ ਅੱਤਵਾਦੀ ਕਹਿੰਦੇ ਨੇ, ਸਿੱਖਾਂ 'ਚ ਮਤਭੇਦ ਹੈਗੇ ਨੇ, ਇਹ 'ਚ ਕੋਈ ਰੌਲਾ ਨਹੀਂ। ਪਰ ਸਿੱਖਾਂ 'ਚ ਮਤਭੇਦ ਦੇ ਨਾਂ 'ਤੇ ਸਿੱਖਾਂ ਨਾਲ ਬੇਇਨਸਾਫੀ ਤਾਂ ਨਹੀਂ ਕੀਤੀ ਜਾ ਸਕਦੀ ਜੀ? ਤੁਸੀਂ ਮੈਨੂੰ ਇਹ ਦੱਸੋ, ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ, ਅੱਜ ਤੱਕ ਕਿਸੇ ਨੂੰ ਕਿਉਂ ਨਹੀਂ ਪਤਾ ਵੀ ਉਹ ਕਿਹਨੇ ਚੱਕਿਆ, ਕਿਵੇਂ ਮਾਰਿਆ, ਜਾਂਚ ਪੜਤਾਲ ਹੋਈ ਆ, ਉਹ ਜਾਂਚ ਪੜਤਾਲ ਨਸ਼ਰ ਨਹੀਂ ਕੀਤੀ। ਜਸਵੰਤ ਸਿੰਘ ਖਾਲੜਾ ਨੇ 2000 ਅਣਪਛਾਤੀਆਂ ਲਾਸ਼ਾਂ ਸੀ ਜਿਹੜੀਆਂ ਲੱਭੀਆਂ ਨਾ, ਕਿਹਾ ਅਣਪਛਾਤੀਆਂ, ਸ਼ਮਸ਼ਾਨ ਘਾਟ 'ਚ ਲਿਖਿਆ ਹੋਇਆ ਫਲਾਨਾ ਪਿੰਡ ਦਾ, ਫਲਾਨਾ ਸਹਿਰਾਂ ਦੀ ਪਛਾਣ ਹੋਈ, ਕਿਸੇ 'ਤੇ ਕੇਸ ਚੱਲਿਆ? 25,000, ਚਲੋ ਇਹ ਬੰਦੇ ਅੱਠ ਘਰੇ ਆਇਆ, ਦੇਖੋ ਪਰਿਵਾਰ ਨੂੰ ਸੁੱਖ ਸ਼ਾਂਤੀ ਮਿਲੂ, ਤਸੱਲੀ ਹੁੰਦੀ ਆ। ਆਪਾਂ ਤਾਂ ਕਹਿੰਦੇ ਪੁੱਤਰ ਮੋਏ ਨਾ ਭੁੱਲਦੇ ਚਾਹੇ ਹੋ ਕੇ ਮਰਨ ਫਕੀਰ, ਪਰ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਵੀ ਉਹਨਾਂ ਨਾਲ ਬਣੀ ਕੀ, ਉਹ ਇਨਸਾਫ ਦੀ ਤੰਦ ਕੌਣ ਫੜੂ ਜੀ? ਮੈਨੂੰ ਇਹ ਤਾਂ ਦੱਸੋ ਨਾ ਜੀ। ਅਨੰਤ ਸਿੰਘ ਹੋਰਾਂ ਨੇ ਕਿਹਾ ਕਿ ਮੈਂ 3 ਕੇਸਾਂ 'ਚੋਂ ਬਾਹਰ ਹੋ ਗਿਆ ਸੀਗਾ, 1 ਕੇਸ ਮੇਰੇ 'ਤੇ ਪਾਇਆ ਗਿਆ, ਦੁਬਾਰਾ ਜਾਣ ਬੁੱਝ ਕੇ ਮੈਨੂੰ ਫਸਾਇਆ ਗਿਆ, ਹੁਣ ਉਹ ਕਹਿ ਰਹੇ ਨਾਲ ਉਹ ਕਹਿ ਰਹੇ ਜਗਤਾਰ ਸਿੰਘ ਤਾਰਾ ਹਵਾਰਾ ਸਾਰਿਆਂ ਨੂੰ ਛੱਡਿਆ ਜਾਵੇ। ਹੁਣ ਜੇ ਮੈਂ ਤੁਹਾਨੂੰ ਇਹ ਕਹਿ ਦਾਂ ਨਾ ਜੀ, ਕੇਸ ਸੱਚੇ ਝੂਠੇ ਨੇ ਆਪਾਂ ਬਹਿਸ 'ਚ ਨਹੀਂ ਪੈਂਦੇ, ਕਿਉਂਕਿ ਇਹ ਆਰਗੂਮੈਂਟ ਹੋਰ ਆ। ਮੈਂ ਤਾਂ ਇਹ ਕਹਿੰਦਾ ਵੀ ਕਾਨੂੰਨ ਦੇ ਅਨੁਸਾਰ
जिन्हों ने गैर कानूनी काम किया छिब्बड़ जी ने सही सवाल उठाया तुसी ये देखो एक लिस्ट तुसी कहने हो जी असी ना दस दियो किसी नू ना पता एक नवी लिस्ट बनन लग गई 2020 ते पाबंदी लाती मुंडे घरां चों चक्के जा रहे ने एक दी थां 10-10 फड़े जा रहे ने तुसी एक चैप्टर आ जिहड़ा जे उहनू तुसी ठंडा पाउणा सिखां दे गुस्से नू अज तुसी कश्मीर दे मामले ते फसे होए हो ਜਿਵੇਂ ਪਹਿਲਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਸੀ ਬਿਲਕੁਲ ਨਹੀਂ ਫਸੇ ਹੋਏ ਬਿਲਕੁਲ ਯਾਰ ਬਿਜਲੀ ਕਿਉਂ ਬੋਲਦੇ ਹੋ ਪਲੀਜ਼ 1 ਮਿੰਟ ਪਲੀਜ਼ ਬਿਜਲੀ ਕਿਉਂ ਬੋਲਦੇ ਹੋ ਤੁਹਾਨੂੰ 15 ਮਿੰਟ ਦੇ ਦੇਣਾ ਮੇਰੀ 1 ਮਿੰਟ ਨਹੀਂ ਗੱਲ ਹੋਣ ਦਿੰਦੇ ਪੂਰੀ ਮੈਂ ਕਹਿੰਦਾ ਮੈਂ ਤੁਹਾਡੇ ਵਿੱਚ ਨਹੀਂ ਬੋਲਦਾ ਤੁਸੀਂ ਦੋ ਨਾ ਫਿਰ ਤੁਸੀਂ ਉਹਨਾਂ ਨਾਲ ਬੋਲੋ ਨਾ ਨਹੀਂ ਨਹੀਂ ਮੇਰੇ ਵਿੱਚ ਕਿਉਂ ਬੋਲਦੇ ਹੋ ਤੁਹਾਡੇ ਵਿੱਚ ਨਹੀਂ ਬੋਲ ਰਿਹਾ ਤੁਹਾਡੀ ਗਲਤ ਬਿਆਨੀ ਤੇ ਟੋਕਦਾ ਮੈਂ ਮੈਂ ਕਹਿੰਦਾ ਮੈਂ ਤੁਹਾਡੇ ਤੋਂ ਪੁੱਛ ਕੇ ਬੋਲਣਾ ਮੈਂ ਤੁਹਾਡੇ ਕੋਲ ਸਰਟੀਫਿਕੇਟ ਸੀ ਆਪਣਾ ਕੰਮ ਕਰੀ ਜਾਓ ਮੈਂ ਆਪਣੇ ਸੀਜਨ ਨਾਲ ਵਿੱਚ ਕਿਉਂ ਬੋਲਦੇ ਹੋ ਤੁਸੀਂ ਮਾਲੀ ਸਾਹਿਬ ਆਪਣਾ ਕੰਮ ਕਰੀ ਵਿੱਚ ਕਿਉਂ ਬੋਲਦੇ ਹੋ ਮੈਂ ਆਪਣਾ ਕਰ ਰਿਹਾ ਟੇਲਰ ਸਾਹਿਬ ਜਵਾਬ ਦੇ ਦੇਣਾ ਤੁਸੀਂ ਟੇਲਰ ਸਾਹਿਬ ਜਵਾਬ ਦੇਣਾ ਤੁਸੀਂ ਸਾਡੇ ਮੂੰਹ ਚੁੰਗਲ ਦੇਣੀ ਨਹੀਂ ਮਾਲੀ ਸਾਹਿਬ ਬੋਲੋ ਆਪਣੀ ਗੱਲ ਪੂਰੀ ਕਰੋ ਮੈਂ ਜਵਾਬ ਲੈ ਰਿਹਾ ਟੇਲਰ ਸਾਹਿਬ ਤੋਂ ਆਪਣੀ ਗੱਲ ਪੂਰੀ ਕਰੋ ਦੇਖੋ ਜੀ ਸਾਡੇ ਵਿਚਾਰ ਅੱਡ-ਅੱਡ ਨੇ ਮਤਭੇਦ ਨੇ ਸੁਣੋ ਦੂਜੇ ਦੇ ਮਤਭੇਦ ਆਪਦੀ ਵਾਰੀ 'ਚ ਗੱਲ ਦੱਸੋ ਸੋ ਮੇਰੇ ਕਹਿਣ ਦਾ ਮਤਲਬ ਹੈ ਜੇ ਉਹ ਚੈਪਟਰ ਮਿਸਣਾ ਨਾ ਤੁਸੀਂ ਉਹਨਾਂ ਨੂੰ ਠੰਡੇ ਪਾਉਣਿਆ ਅੱਜ ਤੁਸੀਂ 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 ਇੱਕ ਕਸ਼ਮੀਰ ਦਾ ਜ਼ਿਕਰ ਕੀਤਾ ਮਾਲੀ ਸਾਹਿਬ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ ਕਸ਼ਮੀਰ ਨੂੰ ਇਸ ਮਸਲੇ ਨਾਲ ਜੋੜ ਕੇ ਦੇਖ ਰਹੇ ਹੋ ਬਿਲਕੁਲ ਜੀ ਇੱਕ ਵਾਰ ਛੋਟਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਊਂਗਾ ਕਿਉਂ ਜੋੜਿਆ ਜਾ ਰਿਹਾ ਕਸ਼ਮੀਰ ਦਾ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਇਹ ਸਵਾਲ ਬੜਾ ਮਹੱਤਵਪੂਰਨ ਬ੍ਰੇਕ ਤੋਂ ਵਾਪਸ ਆ ਕੇ ਪੁੱਛੂੰਗਾ ਜ਼ਰੂਰ ਵਾਲੇ ਕੋਈ ਪੁੱਛ ਰਿਹਾ ਬੜਾ ਸਵਾਲ ਅਸੀਂ ਇਹ ਪੁੱਛ ਰਹੇ ਇਸ ਡਿਬੇਟ ਦੇ ਵਿੱਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਾਲ ਸਿਆਸਤ ਕੀ ਹਾਸਲ ਕਰਨਾ ਚਾਹੁੰਦੀ ਹੈ ਇਸੇ ਸਵਾਲ 'ਤੇ ਵਾਪਸ ਆ ਰਹੇ ਹਾਂ ਅਸੀਂ ਇੱਕ ਮਿੰਟ ਮਾਲੀ ਸਾਹਿਬ ਤੁਸੀਂ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ ਕਸ਼ਮੀਰ ਨਾਲ ਜੋੜ ਰਹੇ ਹੋ ਇਸ ਮਸਲੇ ਕਿਉਂ ਮੈਂ ਇਸ ਕਰਕੇ ਕਹਿ ਰਿਹਾ ਜੀ ਦੇਖੋ ਜਿਹੜਾ ਸਾਡਾ ਰਾਸ਼ਟਰਵਾਦ ਆ ਨਾ ਜੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਆਪਸੀ ਭਾਈਚਾਰੇ ਆਪਸੀ ਸਾਂਝ ਦੇ ਆਧਾਰ 'ਤੇ ਨਹੀਂ ਇਹਨੂੰ ਅੱਗੇ ਵਧਣ ਖਾਤਰ ਇੱਕ ਦੁਸ਼ਮਣ ਖੜਾ ਕਰਨਾ ਪੈਂਦਾ ਉਦੋਂ ਸਿੱਖਾਂ ਨੂੰ ਦੁਸ਼ਮਣ ਖੜਾ ਕੀਤਾ ਲੜਾਈ ਅਨੰਦਪੁਰ ਦੇ ਮਤੇ ਖਾਤਰ ਸੀ ਲੜਾਈ ਇਹ ਸੀ ਵੀ ਸਾਨੂੰ ਕਸ਼ਮੀਰ ਵਰਗਾ ਦਰਜਾ ਦੇਵੋ ਅਤੇ ਸੰਤ ਜਰਨੈਲ ਸਿੰਘ ਪਿੰਡਰਾਲੇ ਨੇ ਵੀ ਕਿਹਾ ਸੀ ਸਾਡੀ ਖਾਲਿਸਤਾਨ ਦੀ ਲੜਾਈ ਨਹੀਂ ਅਨੰਦਪੁਰ ਦੇ ਮਤੇ ਲਈ ਆ ਅਨੰਦਪੁਰ ਦਾ ਮਤਾ ਖਾਲਿਸਤਾਨ ਬਣਾਇਆ IS ਨਾਲ ਜੋੜੇ ਪਾਕਿਸਤਾਨ ਨਾਲ ਜੋੜੇ ਜੋ ਹੋਇਆ 404 ਸੀਟਾਂ ਜਿੱਤੀਆਂ ਰਾਜੀਵ ਗਾਂਧੀ ਨੇ ਅਤੇ ਹੁਣ ਨਹੀਂ ਨਹੀਂ ਅੱਜ ਤੁਸੀਂ ਕਸ਼ਮੀਰ ਨਾਲ ਕਿਉਂ ਜੋੜ ਰਹੇ ਹਾਂ ਮੈਂ ਇਸ ਕਰਕੇ ਜੋੜ ਰਿਹਾ ਕਿਉਂਕਿ ਕਸ਼ਮੀਰ ਆ ਜਿਹੜਾ ਇੱਕ ਧਾਰਮਿਕ ਘੱਟ ਗਿਣਤੀ ਵੀ ਆ ਇਸ ਕਰਕੇ ਧਰਮ ਨਿਰਪੱਖ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਦੂਜੇ ਸਾਡੇ ਨਾਲ ਨੇ ਸਿੱਖਾਂ ਨੂੰ ਪਲੋਸਣ ਦੀ ਲੋੜ ਆ ਸਰਕਾਰ ਦੀ ਟਿਲੋ ਸਾਹਿਬ ਜੀ ਕੇਂਦਰ ਸਰਕਾਰ ਦੀ ਮਜਬੂਰੀ ਹੈ ਸਿੱਖ ਕੌਮ ਨੂੰ ਨਾਲ ਲੈ ਕੇ ਚੱਲਣਾ ਪਹਿਲੀ ਗੱਲ ਜਿਹੜੀ ਇਹਨਾਂ ਨੇ ਕਿਹਾ ਵੀ ਉੱਥੇ ਘੱਟ ਗਿਣਤੀ ਹੈ ਉਹ ਉੱਥੇ ਘੱਟ ਗਿਣਤੀ ਨਹੀਂ ਕਸ਼ਮੀਰ ਦੇ ਵਿੱਚ ਬਹੁ ਗਿਣਤੀ ਨੇ ਮੁਸਲਮਾਨ ਦੀ ਗੱਲ ਕਰੀਏ ਤਾਂ ਦੂਜੀ ਗੱਲ ਜਦੋਂ ਉਹਨਾਂ ਨੇ ਅੱਜ ਤੋਂ 20-25 ਫਿਰ ਇੱਥੇ ਵੀ ਸਿੱਖ ਬਹੁ ਗਿਣਤੀ ਹੈ ਆਪਾਂ ਢਿੱਲੋ ਸਾਹਿਬ ਆਰਗੂਮੈਂਟ ਹੀ ਗਲਤ ਦਿੰਦੇ ਨਾ ਇੱਦਾਂ ਨਾ ਕਰੋ ਨਹੀਂ ਤੁਸੀਂ ਆਰਗੂਮੈਂਟ ਗਲਤ ਕਿਉਂ ਦਿੰਦੇ ਨਾ ਜਦੋਂ ਆਰਗੂਮੈਂਟ ਗਲਤ ਦੋਗੇ ਮੈਂ ਟੋਕੂਗਾ ਤੁਸੀਂ ਅੱਛਾ ਜਦੋਂ ਮੈਂ ਟੋਕਦਾ ਉਦੋਂ ਮੈਂ ਉਹ ਪੂਰੇ ਮੁਲਕ ਉਹ ਪੂਰੇ ਮੁਲਕ ਦੀ ਗੱਲ ਕਰਦੇ ਪਏ ਮੈਂ ਵੀ ਪੂਰੇ ਮੁਲਕ ਦੀ ਗੱਲ ਕਰਦਾ ਪੂਰੇ ਮੁਲਕ ਦੇ ਸਿੱਖ ਘੱਟ ਗਿਣਤੀ ਹੈ ਉੱਥੇ ਮੁਸਲਮਾਨ ਭਾਈਚਾਰਾ ਘੱਟ ਗਿਣਤੀ ਹੈ ਮੈਨੂੰ ਆਪਣੀ ਗੱਲ ਆ ਬੋਲੋ ਨਹੀਂ ਚੰਗੀ ਲੱਗਦੀ ਨਾ ਬੋਲੋ ਪਰ ਗਲਤ ਨਾ ਕਹੋ ਗੱਲ ਇਹ ਆ ਕਿ ਉੱਥੇ ਕੋਈ ਜਦੋਂ ਉੱਥੋਂ ਹਿੰਦੂਆਂ ਨੂੰ ਫੜ ਫੜ ਕੇ ਭਇਆ ਸਾੜ ਸਾੜ ਕੇ ਕੱਢਦੇ ਹੋਏ ਸੀ ਮੁਸਲਮਾਨ ਉਦੋਂ ਕਿਸੇ ਨੇ ਆਪਣੇ ਆਵਾਜ਼ ਕਿਸੇ ਨੇ ਚੁੱਕੀ ਚੁੱਕਣੀ ਚਾਹੀਦੀ ਸੀ ਇੱਕ ਮੈਂ ਮੇਰੇ ਤਰਕ ਦੇਣ ਲੱਗਾ ਇਹਦੇ ਵਿੱਚ ਟੋਕਿਓ ਜੇ ਨਾ ਥੋੜ੍ਹੀ ਜਿਹੀ ਗੱਲ ਹਿਸਟਰੀ 'ਚੋਂ ਲੈਣ ਲੱਗਾ ਮਹਾਂਭਾਰਤ ਦੇ ਸਮੇਂ ਦੇ ਉੱਤੇ ਇੱਕ ਬਰਬਰੀਕ ਹੋਇਆ ਉਹਦਾ ਇਹ ਕਹਿਣਾ ਸੀਗਾ ਕਿ ਮੈਂ ਜੀ ਮੈਂ ਤਾਂ ਉਸਕੀ ਤਰਫ ਸੇ ਯੁੱਧ ਕਰੂੰਗਾ ਜਿਹੜਾ ਕਮਜ਼ੋਰ ਹੋਊਗਾ ਹੈ ਉਦੋਂ ਕ੍ਰਿਸ਼ਨ ਨੇ ਆਖਿਆ ਵੀ ਤੂੰ ਜੇ ਕੌਰਵ ਹਾਰਦੇ ਦਿਸਣਗੇ ਉਹਨਾਂ ਵੱਲ ਜਾ ਉਹਨਾਂ ਵੱਲੋਂ ਲੜਨ ਲੱਗ ਜਾਏਗਾ ਪਾਂਡਵ ਥੋੜ੍ਹੇ ਜਿਹੇ ਕਮਜ਼ੋਰ ਹੋਣਗੇ ਤਾਂ ਪਾਂਡਵਾਂ ਵੱਲੋਂ ਲੜਨ ਲੱਗ ਜਾਏਗਾ ਇੱਦਾਂ ਤਾਂ ਸਾਰੇ ਮਰਨਗੇ ਅਤੇ ਯੁੱਧ ਦਾ ਤਾਂ ਕੋਈ ਫੈਸਲਾ ਨਹੀਂ ਹੋਣਾ ਫਿਰ ਉਹਨੂੰ ਯੁੱਧ ਦੇ ਵਿੱਚੋਂ ਕੱਢ ਕੇ ਬਾਹਰ ਰੱਖਤਾ ਸੀਗਾ ਵੀ ਤੂੰ ਭਾਈ ਯੁੱਧ ਨਹੀਂ ਲੜਨਾ ਠੀਕ ਹੈ ਅਸੀਂ ਕਈ ਵਾਰੀ ਜਜ਼ਬਾਤ ਇਹੋ ਜਿਹੇ ਬਣਾ ਕੇ ਆਪਾਂ ਨੂੰ ਕੋਈ ਸੇਧ ਹੀ ਹੈ ਨਹੀਂ ਗੀ ਕਦੀ ਆਪਾਂ ਉਹਦੇ ਵੱਲ ਹੋ ਜਾਂਦੇ ਕਦੀ ਆਪਾਂ ਉਹਦੇ ਵੱਲ ਹੋ ਜਾਂਦੇ ਕਦੀ ਉਹਦੇ ਵੱਲ ਆਪਣੀ ਗੱਲ ਕਿਉਂ ਨਹੀਂ ਕਰਦੇ ਆਪਾਂ ਸਾਡਾ ਮਸਲਾ ਸਾਡੇ ਤੱਕ ਕਿਉਂ ਨਹੀਂ ਲੈਂਦੇ ਦੂਜੀ ਗੱਲ ਨਹੀਂ ਕੀਤੀ ਮੇਰੀ ਦੂਜੀ ਗੱਲ ਜਦੋਂ ਸਾਨੂੰ ਮੌਕਾ ਦਿੱਤਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪੂਰੇ ਵੱਡੇ ਉਹਦੇ ਨਾਲ ਜਿਤਾ ਕੇ ਭੇਜਿਆ ਸੀਗਾ ਜਾ ਕੇ ਪਾਰਲੀਮੈਂਟ 'ਚ ਬੈਠ ਕੇ ਗੱਲ ਰੱਖ ਦੇਣਾ ਕਿਉਂ ਨਹੀਂ ਰੱਖੀ ਕਿਉਂ ਉਦੋਂ ਐਵੇਂ ਦਾ ਮਸਲਾ ਲੈ ਕੇ ਬਾਹਰ ਵੀ ਮੈਂ ਤਲਵਾਰ ਲੈ ਬਗੈਰ ਅੰਦਰ ਨਹੀਂ ਜਾਣਾ ਛੋਟੀ ਕਿਰਪਾਨ ਪਾ ਕੇ ਜਾਇਆ ਜਾ ਸਕਦਾ ਸੀਗਾ ਨਹੀਂ ਗਏ ਕਿਉਂਕਿ ਮਸਲਾ ਵੱਡਾ ਸੀ ਮਸਲੇ ਨੂੰ ਕਰਨਾ ਜ਼ਰੂਰੀ ਸੀ ਜਾਂ ਕਿਰਪਾਨ ਵੱਡੀ ਸੀ ਕਿਰਪਾਨ ਨੂੰ ਕਰਨਾ ਜ਼ਰੂਰੀ ਸੀ ਉਦਾਹਰਨ ਦਿੱਤੀ ਇਸ ਕਰਕੇ ਸਾਹਿਬ ਤੁਸੀਂ ਉਦਾਹਰਨ ਦਿੱਤੀ ਆਪਾਂ ਮਾੜਾ ਜਿਹਾ ਸੋਚ ਕੇ ਚੱਲਣਾ ਚਾਹੀਦਾ ਠੀਕ ਹੈ ਤੁਸੀਂ ਇੱਕ ਉਦਾਹਰਨ ਦਿੱਤੀ ਆ ਮੇਰਾ ਸਵਾਲ ਇਹ ਹੈਗਾ ਤੁਹਾਨੂੰ ਇਉਂ ਲੱਗਦਾ ਕਿ ਸਿੱਖ ਹੈ ਜਿਹੜੇ ਉਹ ਤਕੜੇ ਨਾਲ ਖੜਦੇ ਮਾੜੇ ਨਾਲ ਨਹੀਂ ਖੜਦੇ ਮਾੜੇ ਵਾਲੇ ਪਾਸੇ ਨੂੰ ਭੱਜ ਪੈਂਦੇ ਆ ਵੀ ਅੱਜ ਫਲਾਣਾ ਥੋੜਾ ਜਿਹਾ ਉਹਦੇ ਤੇ ਕੋਈ ਸੱਟ ਲੱਗੀ ਹੈ ਤਾਂ ਉਧਰ ਨੂੰ ਦੌੜ ਨਹੀਂ ਜਾਣਾ ਚਾਹੀਦਾ ਉਧਰ ਅੱਜ ਨਹੀਂ ਜਾਣਾ ਚਾਹੀਦਾ ਜਦੋਂ ਜਾਣਾ ਚਾਹੀਦਾ ਉਸ ਉਹਨੂੰ ਇੱਕ ਚੀਜ਼ ਗੁਰਾਣੇ ਸਾਹਿਬ ਨੇ ਕਿਹਾ ਸੀਗਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਤੁਸੀਂ ਉਹਨੂੰ ਰਿਹਾ ਕਰ ਰਹੇ ਹੋ ਗੁਰਾਣੇ ਸਾਹਿਬ ਨੇ ਕਿਹਾ ਸੀਗਾ ਜ਼ੁਲਮ ਦੇ ਖਿਲਾਫ ਲੜਨਾ ਤੇ ਖੜਨਾ ਸਿੱਖ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਹਾਂ ਕਿਹਾ ਸੀਗਾ ਜ਼ੁਲਮ ਦੇ ਖਿਲਾਫ ਲੜਨਾ ਇੱਥੇ ਕਿਹੜਾ ਜ਼ੁਲਮ ਹੋ ਰਿਹਾ ਉਹਦੇ ਤੇ ਕਿਸੇ ਵਿੱਚ ਕੋਈ ਜ਼ੁਲਮ ਨਹੀਂ ਹੋ ਰਿਹਾ ਕੋਈ ਜ਼ੁਲਮ ਨਹੀਂ ਹੋ ਰਿਹਾ
ਨਹੀਂ ਹੋ ਰਿਹਾ, ਬਿਲਕੁਲ ਸ਼ਾਂਤੀ ਆ ਉੱਥੇ, ਬਿਲਕੁਲ ਨਾਰਮਲ ਸੀ। ਪਲੀਜ਼ ਤੁਸੀਂ ਕਿਉਂ ਡਿਬੇਟ ਨੂੰ ਹੋਰ ਰੰਗ ਦਈਏ? ਜੇਲ੍ਹਾਂ ਦੇ ਵਿੱਚ ਵੀ ਸ਼ਾਂਤੀ ਹੁੰਦੀ ਆ, 100 ਦਿਨ ਹੋ ਗਿਆ, 80 ਲੱਖ ਲੋਕ ਬੰਦ ਨੇ ਘਰਾਂ ਚੋਂ, ਉਹਨਾਂ ਨੇ ਤੁਸੀਂ ਦਫਾ 44 ਹਟਾ ਲਈ, ਉਹ 2 ਘੰਟੇ ਬਾਹਰ ਨਿਕਲਦੇ ਨੇ ਫਿਰ ਵੀ ਅੰਦਰ ਚਲੇ ਜਾਂਦੇ ਨੇ, ਫਿਰ ਤੁਸੀਂ ਇੱਥੇ ਆ ਕੇ ਕਹਿੰਦੇ ਹੋ? ਤੁਸੀਂ ਗੱਲ ਤਾਂ ਸੁਣੋ ਨਾ ਜੀ, ਪਾਲਿਸੀ ਕੀ ਆ? ਲੰਘੇ ਮੋਦੀ ਸਾਹਿਬ ਬੋਲੇ ਕਸ਼ਮੀਰ ਦਾ ਤੋਹਫਾ ਦਿੱਤਾ ਤੁਹਾਨੂੰ, ਜਿਹੜਾ ਸਾਰਾ ਸੰਘਰਸ਼ ਸੀ, ਜਿਹਦੇ ਖਾਤਰ ਲੜੇ ਮਰੇ, ਉਹਨੂੰ ਗੁਰੂ ਨਾਨਕ ਦੇ ਦਿਵਸ ਤੇ ਨਿੰਦਿਆ ਵੀ ਧਾਰਾ 370 ਖਤਮ ਕਰਕੇ ਤੁਹਾਡਾ ਵਪਾਰ ਤੇ ਸਾਰਾ ਅਸੀਂ ਖੋਲਤਾ, ਵਪਾਰ ਤਾਂ ਹੋਣਾ, ਵਾਹਗਾ ਬਾਰਡਰ ਖੋਲ ਕੇ ਹੋਣਾ। ਆਰਗੂਮੈਂਟ ਆ ਗਿਆ ਅਧਿਕਾਰ ਮਿਲੇ ਨੇ ਆਪਣਾ ਰੋਜ਼ਗਾਰ ਕਰਨ ਦੇ, ਆਪਣਾ ਉੱਥੇ ਮਕਾਨ ਲੈਣ ਰਹਿਣ ਦੇ ਸਭ ਦੇ, ਉਹ ਉਹਦੇ ਚ ਉਹਨਾਂ ਨੇ ਕੀ ਮਾੜਾ ਕਰਤਾ ਤੁਹਾਡੇ ਨਾਲ? ਪਹਿਲਾਂ ਆਪਣੇ ਕੋਲ ਨਹੀਂ ਸੀ ਅਧਿਕਾਰ, ਵੋਟ ਪਾਉਣ ਦਾ ਅਧਿਕਾਰ ਤੱਕ ਨਹੀਂ ਸੀ ਅਸੀਂ ਕਸ਼ਮੀਰ ਚ ਅਧਿਕਾਰ ਦੇ, ਰਾਜਸਥਾਨ ਵਿੱਚ ਵੀ ਦਵਾ ਦੋ। ਮੈਂ ਕਹਿੰਦਾ ਜੀ ਤੁਹਾਡੇ ਕੋਲੇ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਕਸ਼ਮੀਰ ਦੇ ਅੰਦਰ, ਜੰਮੂ ਕਸ਼ਮੀਰ ਵਿੱਚ ਵੋਟ ਦਾ ਅਧਿਕਾਰ ਨਹੀਂ ਸੀ, ਇਲੈਕਸ਼ਨ ਲੜਨ ਦਾ ਅਧਿਕਾਰ ਨਹੀਂ ਸੀ, ਇਲੈਕਸ਼ਨ ਵੀ ਲੜਨ ਦਾ ਗੁਜਰਾਤ ਵਿੱਚ ਤਾਂ ਕਿਸਾਨ ਉਜਾੜਾ ਜਾ ਰਹੇ ਆ, ਸਾਰੇ ਪਾਸੇ ਜਿੱਤੀ ਬੈਠੇ ਆ, ਸਾਡੀ ਕੋਸ਼ਿਸ਼ ਆ ਹਰ ਜਗ੍ਹਾ ਤੇ ਰਵੇ, ਸਾਡੀ ਮੇਰੀ ਸਰਕਾਰ ਦੀ ਕੋਸ਼ਿਸ਼ ਆ ਹਰ ਇੱਕ ਨੂੰ ਉਹਦਾ ਅਧਿਕਾਰ ਮਿਲੇਗਾ, ਆਪਣੀ ਥੋੜਾ ਜਿਹਾ ਸ਼ਾਂਤੀ ਨਾਲ ਰੱਖਿਆ ਕਰੋ, ਵਕਤ ਸਿਰ ਸਾਰਾ ਕੰਮ ਹੋਣਾ, ਸਟੈਪ ਬਾਏ ਸਟੈਪ ਹੋਣਾ, ਔਰ ਸਾਰੇ ਇੰਨੇ ਜਿੰਨੇ ਫੈਸਲੇ ਇਸ ਗਵਰਨਮੈਂਟ ਨੇ ਕੀਤੇ ਆ ਨਾ, ਪਿਛਲੇ 70 ਸਾਲਾਂ ਦੀਆਂ ਗਵਰਨਮੈਂਟ, ਇੰਨੇ 17 ਸਾਲਾਂ ਚ ਉਹਨੇ ਫੈਸਲੇ ਨਹੀਂ ਕੀਤੇ, 6 ਮਹੀਨੇ ਔਰ ਉਹ ਵੀ ਉਹ ਫੈਸਲੇ 70 ਸਾਲ ਜਦੋਂ ਕਹਿੰਦੇ ਨੇ ਆਪਦੀਆਂ ਸਰਕਾਰਾਂ ਨੂੰ ਫੈਸਲੇ ਕੀਤੇ ਜਾ ਰਹੇ ਆ, ਉਸ ਫੈਸਲੇ ਦੇ ਵਿਚਾਲੇ ਅਸੀਂ ਇਹੋ ਜਿਹਾ ਚਸ਼ਮਾ ਕਿਉਂ ਲਾ ਰਹੇ ਹਾਂ ਕਿ ਇਸ ਕਰਕੇ ਸਿੱਖਾਂ ਨੂੰ ਪਲੋਸਿਆ ਜਾ ਰਿਹਾ, ਉਸ ਕਰਕੇ ਪਲੋਸਿਆ ਜਾ ਰਿਹਾ, ਕਿਉਂ? ਦੇਖੋ, ਇਹ ਚਸ਼ਮੇ ਲਾਉਣ ਦੀ ਕੋਈ ਲੋੜ ਨਹੀਂ, ਮੈਂ ਇੱਕੋ ਗੱਲ ਡਿਬੇਟ ਦੇ ਪਹਿਲੇ ਪਾਰਟ 'ਚ ਕਹੀ ਸੀ ਕਿ ਦੇਖੋ ਇੱਥੇ ਜੋ ਘਟਨਾਕ੍ਰਮ ਵਾਪਰਿਆ ਹੁਣ ਤੱਕ, ਉਸ ਦਾ ਜਿੰਨੀ ਦੇਰ ਤੱਕ ਅਨੈਲਿਸਿਸ ਨਹੀਂ ਕਰਦੇ, ਸਮੀਖਿਆ ਨਹੀਂ ਕਰਦੇ, ਇਹ ਕਹਿ ਰਹੇ ਆ ਕਿ ਬਿਮਾਰੀ ਠੀਕ ਕਰ ਰਹੇ ਹਾਂ, ਜਿਹੜੀ ਪੰਜਾਬ ਦੀ ਸਰਜਮੀਨ ਦੇ ਉੱਤੇ ਬਿਮਾਰੀ ਇਹ ਫੈਲੀ ਸੀ, ਜਿਹੜੀਆਂ ਮੌਕੇ ਦੀਆਂ ਸਰਕਾਰਾਂ ਨੇ ਉਹਨੂੰ ਫੈਲਾਇਆ ਸੀ, ਉਹ ਜਿੰਨੀ ਦੇਰ ਤੱਕ ਤੁਸੀਂ ਠੀਕ ਨਹੀਂ ਕਰੋਗੇ, ਉਹ ਜਿਹੜੇ ਜ਼ਖਮ ਨੇ, ਅੱਲੇ ਜ਼ਖਮ ਨੇ, ਜਿਨ੍ਹਾਂ ਦੇ ਉੱਤੇ ਚੰਗੇ ਢੰਗ ਦੇ ਨਾਲ ਮਿਲਮ ਨਹੀਂ ਲੱਗੇਗੀ, ਉਹਦੇ ਵਿੱਚ ਬੰਦੇ 4 ਛੱਡ ਦੇਣੇ, ਬੰਦੇ 4 ਮਤਲਬ ਤੁਸੀਂ ਮਾਲੀ ਸਾਹਿਬ ਦੇ ਆਰਗੂਮੈਂਟ ਨੂੰ ਸਟੈਂਡ ਕਰਦੇ ਹੋ? ਮੈਂ ਮਾਲੀ ਸਾਹਿਬ ਦੇ ਇਸ ਆਰਗੂਮੈਂਟ ਨਾਲ ਸਟੈਂਡ ਕਰਦਾ ਕਿ ਕੇਂਦਰ ਸਰਕਾਰ ਨੂੰ ਬੜੀ ਕਲੀਅਰ ਆਪਣੀ ਪਾਲਿਸੀ ਪਹਿਲਾਂ ਉਹ ਦੱਸਣੀ ਚਾਹੀਦੀ ਹੈ ਕਿ ਅਸੀਂ ਪੰਜਾਬ ਦੀ ਜਿਹੜੀ ਸਮੱਸਿਆ ਹੈ, ਜਿਸ ਵਾਸਤੇ ਕੁਰਬਾਨੀਆਂ ਹੋਈਆਂ, ਜਿਸ ਵਾਸਤੇ ਸੰਘਰਸ਼ ਲੜਿਆ ਗਿਆ, ਜਿਸ ਵਾਸਤੇ ਮੰਗਾਂ ਦੀ ਗੱਲ ਹੋਈ, ਤੁਸੀਂ ਤੁਹਾਨੂੰ ਯਾਦ ਹੋਵੇਗਾ ਬਚਪਨ ਦੇ ਵਿੱਚ ਅਸੀਂ ਸੁਣਦੇ ਆ ਰਹੇ ਹਾਂ, ਇਹ ਕੋਈ ਅੱਜ ਦੀ ਗੱਲ ਨਹੀਂ, 40 ਸਾਲਾਂ ਤੋਂ ਇਹ ਇੱਕ ਰਾਗ ਲਾਪਦੀ ਰਹੀ ਹੈ ਕੇਂਦਰ ਸਰਕਾਰ ਦਾ। ਆਲ ਇੰਡੀਆ ਰੇਡੀਓ ਹੁੰਦਾ ਸੀ ਇੱਕੋ ਹੀ, ਹੁਣ ਤਾਂ ਕਈ ਰੇਡੀਓ TV ਚੈਨਲ ਹੈ, ਉਹਦੇ 'ਚ ਸੁਬਾਹ ਖਬਰਾਂ ਆਉਂਦੀ ਸੀ 6 ਵਜੇ, ਜਿਹੜੀਆਂ 6 ਵਜੇ ਦੀਆਂ ਖਬਰਾਂ ਆਉਂਦੀਆਂ ਸੀ ਕਿ ਹਮ ਜੋ ਖਾੜਕੂਓ ਕੇ ਸਾਥ, ਅਲਗਾਵਵਾਦੀਓ ਕੇ ਸਾਥ ਬਾਤ ਕਰਨੀ ਚਾਹਤੇ ਹੈ, ਤੋ ਵੋ ਬਤਾਏ ਕਿਆ ਬਾਤ ਹੈ, ਮਤਲਬ ਇਹ ਆ ਕਿ ਉਦੋਂ ਬਾਅਦ ਉਹਨਾਂ ਨੂੰ ਦਬਾ ਲਿਆ ਗਿਆ, ਲੇਕਿਨ ਜਿਹੜੇ ਮਸਲੇ ਨੇ ਉਹ ਜਿਉਂ ਦੇ ਤਿਉਂ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਪੰਜਾਬ ਨੂੰ ਦੇਣਾ, ਜਿਹੜੀ ਇੱਥੇ ਡਿਸਕ੍ਰਿਮੀਨੇਸ਼ਨ ਹੋਈ ਹੈ, ਜੋ ਕੁਝ ਸਾਡੇ ਨਾਲ ਵਾਪਰਿਆ ਹੈ, ਪੰਜਾਬ ਦਾ ਪਾਣੀ ਜਿਹੜਾ ਹੈ ਉਹ ਅੱਜ ਲੁੱਟਿਆ ਗਿਆ, ਉਹ ਸਾਰੇ ਮਸਲੇ ਜਿਹੜੇ ਜਿਉਂ ਦੇ ਤਿਉਂ ਨੇ, ਉਹਨਾਂ ਦੇ ਹੱਲ ਵਾਸਤੇ ਕੇਂਦਰ ਸਰਕਾਰ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ। ਛਿੱਪੜ ਸਾਹਿਬ, ਜਿਹੜਾ ਕਰਨੈਲ ਸਿੰਘ ਪੀਰੂ ਮਾਜਾ ਮਿਸਟਰ ਮਾਲੀ, ਮੈਂ ਆ ਰਿਹਾ, ਇੱਕ ਮਿੰਟ ਪਲੀਜ਼, ਇੱਕ ਮਿੰਟ ਸਾਹਿਬ, ਨਹੀਂ ਮੈਂ ਆਊਂਗਾ ਪਲੀਜ਼, ਨਹੀਂ ਪਲੀਜ਼ ਆਊਂਗਾ, ਨਹੀਂ ਰਹਿੰਦੀ ਗੱਲ, ਮੈਂ ਪੂਰੀ ਕਰਵਾਊਂਗਾ ਗੱਲ। ਛਿੱਪੜ ਸਾਹਿਬ, ਸਵਾਲ ਇਹ ਹੈਗਾ ਕਿ ਇਹ ਸਾਰੇ ਫੈਸਲੇ ਜਿਸ ਤਰੀਕੇ ਨਾਲ ਪੇਸ਼ ਕੀਤੇ ਜਾ ਰਹੇ, ਜਿਸ ਤਰੀਕੇ ਨਾਲ ਦਿਖਾਏ ਜਾ ਰਹੇ ਆ, ਇਹਨਾਂ ਦਾ ਤਰਕ ਇਹ ਹੈਗਾ ਕਿ ਉਹਨਾਂ ਵਿੱਚ ਪੰਜਾਬ ਜਿਹੜੇ ਅਸਲ ਮਸਲੇ ਹੈਗੇ ਆ, ਅਸਲ ਜਿਹੜੀ ਬਿਮਾਰੀ ਦੀ ਜੜ ਹੈਗੀ ਆ, ਉਸ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ, ਜਾਂ ਜਾਣ ਬੁੱਝ ਕੇ ਉਸ ਨੂੰ ਅੱਖੋ ਪਰੋਖੇ ਕਰਕੇ ਇਹ ਫੈਸਲੇ ਸੁਣਾ ਕੇ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਤੁਹਾਡੇ ਨਾਲ ਆ, ਤੁਸੀਂ ਇਸ ਆਰਗੂਮੈਂਟ ਨਾਲ ਇਤਫਾਕ ਰੱਖਦੇ ਹੋ? ਦੇਖੋ, ਬਿਲਕੁਲ ਸਹੀ ਗੱਲ ਆ, ਜਦੋਂ ਮਾਲੀ ਸਾਹਿਬ ਉਹਨਾਂ ਨੇ ਗੱਲ ਕੀਤੀ ਸੀਗੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ, ਜਿੱਥੋਂ ਜਿਹੜੀਆਂ ਸਾਰੀਆਂ ਸਮੱਸਿਆਵਾਂ ਜਿਹੜੀਆਂ ਇੱਕ ਇੱਕ ਕਰਕੇ ਉਹ ਵੱਧਦੀਆਂ ਗਈਆਂ, ਬਾਅਦ 'ਚੋਂ ਪੀਰ ਮੁਹੰਮਦ ਜੀ ਨੇ ਗੱਲ ਕੀਤੀ, ਚੰਡੀਗੜ੍ਹ ਦੀ ਗੱਲ ਕੀਤੀ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕੀਤੀ, ਪਾਣੀਆਂ ਦੀ ਗੱਲ ਕੀਤੀ, ਉਹ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਉਹ ਅੱਜ ਜਿਉਂਦੀਆਂ ਤਿਉਂ ਬਰਕਰਾਰ ਨੇ। ਅੱਜ ਤੁਸੀਂ ਆਪਾਂ ਚੰਡੀਗੜ੍ਹ 'ਚ ਬੈਠੇ ਆ, ਪੰਜਾਬੀ ਭਾਸ਼ਾ ਦਾ ਹਾਲ ਕਿਆ ਦੇਖ ਲਓ, ਪੰਜਾਬ ਦੇ 28 ਪਿੰਡਾਂ ਨੂੰ ਉਜਾੜ ਕੇ ਜਿਹੜਾ ਚੰਡੀਗੜ੍ਹ ਵਸਾਇਆ ਗਿਆ, ਅੱਜ ਪੰਜਾਬੀ ਭਾਸ਼ਾ ਦੀ ਕਿਆ ਦੁਰਦਸ਼ਾ ਹੋ ਰਹੀ ਹੈ, ਬਾਕੀ ਗੱਲਾਂ ਦਾ ਤੁਸੀਂ ਬਾਅਦ 'ਚੋਂ ਛੱਡ ਦਈਏ। ਇਸ ਕਰਕੇ ਜਿਹੜੀ ਇਹ ਕੇਂਦਰ ਸਰਕਾਰ ਵੱਲੋਂ
जिदे पर अक्सर ये दोष लगते रहे हैं भी जी बीजेपी सरकार आ जा आर एस एस आ बीजेपी आ एक घट गिणतिया के खिलाफ आ खतर जो खतरनाक मानते जो घट गिणतियां इन्होंने दोवे जथेबंद खतरनाक मानते हैं घट भी घट गिणतियां नहीं दोष तो दोवे पासे लगते हैं इस करके देखो इन्होंने ढिल्लों साहब ने गल की काली सूची की काली सूची अज तक सरकार नहीं दस नहीं सकी जनता घरे ना जिहड़े बंदियां दा नाम उहदे लिस्ट दे विच उहनां नूं पता लगे भी असीं काली सूची दे विच शामिल है जां नहीं है। दूजी करके जिहड़ी गल जम्मू कश्मीर वाली गल आ उस मामले नूं लेके जिहड़ा सिख सीगे पंजाबी सीगे ने उन्होंने जे कितें पूरे देश दे विच हमदर्दी प्रगट की आ कश्मीरियां दे नाल तां पंजाबियां ने की आ क्योंकि पंजाब ने हमेशा पंजाबी आ जिहड़े वो अत्याचार के खिलाफ रहे जबर जुलम के खिलाफ रहे जेडे पीड़ित आ विक्टम आ जिन्हें मतलब सहायता की जरूरत आ पंजाबी हमेशा उहदे नाल खड़ते रहे इसे करके जिहड़े पंजाबियां ने कश्मीरियां दे नाल खड़े ने जदों वह हालात देश दे विच पैदा हो रहे हैं इस करके कितना कितने बीजेपी को यह लग्या भी असीं जिहड़े पंजाब दे जिहड़े मसले चल रहे ने जिन्हां दा बार बार रौला पै रहा इन्हां कैदियां नूं रिहा किया जाए ये जिहड़े कैदी आ उन्हां नूं रिहा करन पासे वधिया। दूजी गल जिहड़ा हरजिंदर सिंह लाली आ वो ललतों वाला वो तो जी 12 जनवरी 2017 सुप्रीम कोर्ट ने पहले ही उसके फैसले मुताबिक जब बरी करता 2017 का बाहर आया वह तो भी इस लिस्ट के नाम है इस करके कितना कितने सारा ये मतलब सिखां पंजाबियों सुटना दिखाया जा रहा है असल मुद्दे उन्होंने भी हल करने की एक छोटा ब्रेक लैके वापस आवेंगे। बहुत सारे सवाल है जो थोड़े जहन के भी होने कई पेरोल से बाहर आए हैं कुछ दिनों के लिए बाहर आए उन्होंने 42 दिनों की पेरोल भी मिली हैगी पर सब के विचाले सवाल यह है जो कुछ जथेबंदियां सवाल चुकदियां है कि इन्होंने कुछ कैदी है जोड़े वो बाहर आ चुके हैं जिमें इन्होंने गल की है ललतों कला वाले की सवाल बहुत सारे योजे उठनगे पर इन सवालों के विचाले सवाल यह है असल मसले की जड़ है कितने उन्होंने मसलों के हल केंद्र सरकार ने हुण तिकर कीता की हैगा पंजाब पंजाबी दे मसले जो उठते हैगे आ उदों इहो जिहे मसलियां नूं आधार बना के कि उन्हां मसलियां नूं छुपाउण की कोशिश तां नहीं की जा रही बहुत सारे इहो जिहे सवाल हैगे। ब्रेक तों वापस आ के इस डिबेट दे विच सवाल बाहर आए जो डिबेट करनी शुरू की सी मैनूं नहीं पता सी डिबेट इधर नूं जाऊगी। ब्रेक तों वापस आ रहे सवाल असीं इह पुछ रहे हां सज़ा पूरी कर चुके बंदी सिंघां दी रिहाई नाल सियासत की हासिल करना चाहुंदी आ इस सवाल तुसीं डिबेट कर रहे आखिरी हिस्से विच आ असीं हाँ मेरे को चिट्ठी हैगी है जिंदे ते सीक्रेट लिखा हुआ गवर्नमेंट ऑफ इंडिया की मिनिस्ट्री ऑफ होम अफेयर्स इहदे विच जिक्र किया होया इन्हां कैदियों बारे ये चिट्ठी भी तुहाडे कोल तकरीबन सारे कोल होगी क्योंकि अजकल सोशल मीडिया से बहुत अपडेट मिल जाती है तुहानूं। हाँ जी ढिल्लों साहब की कहना चाहुंदे हो तुसीं? मैं दो गल्लां करनियां चाहुंदा एक तो छिब्बड़ साहब ने जिहड़ी गल कीती सी एक पहला पीर मोहम्मद साहब ने जिहड़ा जिक्र किया सीगा पाणी पंजाबी बोलदे इलाके चंडीगढ़ मैनूं एक गल दी समझ नहीं आउंदी कि पंजाब पूरे पंजाबियों का ਉਹਨੂੰ ਸਿੱਖੀਜ਼ਮ ਨਾਲ ਜੋੜ ਕੇ ਕਿਉਂ ਵੇਖਦੇ ਆਂ ਸਿੱਖ ਨਾਲ ਕਿਉਂ ਜੋੜ ਕੇ ਵੇਖਦੇ ਤੁਸੀਂ ਮੰਗ ਕਰ ਲਓ ਨਹੀਂ ਮੇਰੀ ਗੱਲ ਪੂਰਾ ਮੇਰੀ ਗੱਲ ਸੁਣੋ ਇਹ ਕਦੇ ਪਹਿਲੀ ਗੱਲ ਜਦੋਂ ਆਪਾਂ ਪੰਜਾਬੀ ਦੀ ਗੱਲ ਕਰਦੇ ਪੰਜਾਬੀ ਪੰਜਾਬ ਦੀ ਹੈ ਉਹਦੇ ਵਿੱਚ ਬਾਬਾ ਬੁੱਲੇ ਸ਼ਾਹ ਵੀ ਸੀਗਾ ਉਹ ਸਿੱਖ ਨਹੀਂ ਸੀ ਉਹਦੇ ਵਿੱਚ ਪੀਲੂ ਵੀ ਸੀ ਉਹ ਸਿੱਖ ਨਹੀਂ ਸੀ ਬਿਲਕੁਲ ਠੀਕ ਉਹਦੇ 'ਚ ਆਪਣਾ ਕੀ ਇਹਨੂੰ ਕਹਿੰਦੇ ਬਲਵੰਤ ਗਾਰਗੀ ਵਰਗੇ ਜਾਂ ਆਪਣੇ ਹੋਰ ਵੱਡੇ ਵੱਡੇ ਲੇਖਕ ਰਾਈਟਰ ਲਿਖੇ ਹੋਏ ਨੇ ਹੈ ਉਹ ਸਿੱਖ ਨਹੀਂ ਸੀ ਇਹਨੂੰ ਜਦੋਂ ਮੰਗ ਨੂੰ ਤੁਸੀਂ ਹਿੰਦੂ ਵਰਸਸ ਸਿੱਖ ਕਿਵੇਂ ਕਰ ਦਿੰਦੇ ਹੋ ਭਾਈ ਨਹੀਂ ਤੇ ਹਿੰਦੂ ਗੱਲ ਕਰ ਲੈਣਾ ਅਸੀਂ ਕਦੋਂ ਅਸੀਂ ਪਿਛੜ ਜਾਣਾ ਨਾ ਨਾ ਤੁਸੀਂ ਕਰ ਲਓ ਤੁਸੀਂ ਗੱਲ ਨੂੰ ਵਿਗਾੜਿਆ ਹੀ ਇੱਥੋਂ ਹੈ ਇਹਨੂੰ ਪੁੱਠੇ ਢੰਗ ਨਾਲ ਚੁੱਕਣ ਦੀ ਬਜਾਏ ਇਹਨੂੰ ਪੰਜਾਬੀ ਜਿਹੜਾ ਉਹ ਬਣਾ ਲਓ ਜਿਹੜਾ ਸਿੱਧਾ ਢੰਗ ਹੈ ਉਹ ਵੇਖ ਲਓ ਮੈਂ ਦੱਸਣ ਦਿਆਂ ਗੱਲ ਦੇ ਵਿੱਚ ਨਾ ਟੋਕੋ ਤੁਸੀਂ ਪਹਿਲੀ ਗੱਲ ਤੇ ਇਹਨੂੰ ਹਿੰਦੂ ਸਿੱਖ ਦਾ ਮਸਲਾ ਬਣਾਉਣਾ ਹੀ ਗਲਤ ਸੀਗਾ ਬੋਲੀ ਦਾ ਮਸਲਾ ਇਲਾਕੇ ਦੇ ਨਾਲ ਸੰਬੰਧਿਤ ਹੁੰਦਾ ਪਾਣੀ ਦਾ ਮਸਲਾ ਇਲਾਕੇ ਦੇ ਨਾਲ ਸੰਬੰਧਿਤ ਸ਼ੁਮਾਰੀ ਹੋਈ ਹੈ ਨਾ ਚੰਡੀਗੜ੍ਹ ਦਾ ਮਸਲਾ ਚੰਡੀਗੜ੍ਹ ਦੇ ਨਾਲ ਸੰਬੰਧ ਸਬੰਧ ਰੱਖਦਾ ਜਦੋਂ ਮਰਦਮਸ਼ੁਮਾਰੀ ਹੋਈ ਹੈ ਪਹਿਲਾਂ ਉਹ ਗਲਤੀ ਕੀਤੀ ਹੈ ਤੁਸੀਂ ਵੀ ਉਹਦੇ ਚ ਤੇ ਦੂਜੇ ਪੁਰਾਣਿਆਂ ਨੇ ਵੀ ਉਹ ਗਲਤੀ ਕੀਤੀ ਹੈ ਹਿੰਦੂ ਨੂੰ ਹਿੰਦੀ ਨਾਲ ਜੋੜਦਾ ਪੰਜਾਬੀ ਸਿੱਖ ਨੂੰ ਪੰਜਾਬੀ ਕਿੰਨੇ ਜੋੜਿਆ ਹੈ ਕਿਉਂ ਜੋੜਿਆ ਤੁਸੀਂ ਆਪਣੇ ਆਪ ਜੋੜਿਆ ਜਨਸੰਘ ਉਹ ਕਿੱਥੇ ਸੀ ਵਿੱਚ ਜੋ ਵੀ ਕੌਣ ਸੀ ਕੌਣ ਸੀ ਹਿੰਦੂ ਮਹਾਸਭਾ ਕੌਣ ਸੀ ਅਰੇ ਯਾਰ ਛੱਡ ਦਿਆ ਕਰੋ ਇਹ ਗੱਲਾਂ ਦਾ ਐਵੇਂ ਪੀਰ ਮੁਹੰਮਦ ਸਾਹਿਬ ਦੂਜੀ ਗੱਲ ਆ ਗਈ ਜੰਮੂ ਕਸ਼ਮੀਰ ਦੀ ਨਾਲ ਸਾਹਿਬ ਬੜਾ ਨਾ ਢਿੱਲੋ ਸਾਹਿਬ ਇੱਕ ਸਵਾਲ ਲੈ ਲਓ ਨਹੀਂ ਨਹੀਂ ਸਵਾਲ ਹੀ ਚਲੋ ਜਵਾਬ ਪਹਿਲਾਂ ਇਹਦਾ ਜਵਾਬ ਤਾਂ ਦੇ ਦਾਂ ਬੜਾ ਅਜੀਬ ਜਿਹਾ ਲੱਗਦਾ ਤੁਸੀਂ ਕਹਿੰਦੇ ਆ ਕਿ ਹਿੰਦੀ ਨਾਲ ਇਹਨੂੰ ਕਿੰਨੇ ਜੋੜਿਆ ਬੜਾ ਅਜੀਬ ਜਿਹਾ ਲੱਗਦਾ ਨਹੀਂ ਅਜੀਬ ਕਿਉਂ ਲੱਗਦਾ ਕੀਤਾ ਕਿਉਂ ਇਹ ਕਿੰਨੇ ਕੀਤਾ ਹੁਣ ਤਾਂ ਇਹੋ ਤਾਂ ਮੈਂ ਕਹਿ ਰਿਹਾ ਸਰ ਕਿਆ ਕਰੋ ਇਹਨੂੰ ਸਿੱਖੀ ਦਾ ਕਿਆ ਕਰੋ ਸਭ ਕੌਣ ਕਰਦਾ ਉਹ ਨੂੰ ਕਿੰਨਾ ਕਿਉਂ ਨਹੀਂ ਬਣਾਇਆ ਕੇਪੀ ਜੀ ਭਾਈ ਕਿਉਂ ਇਹਨੂੰ ਸਿੱਖੀਜ਼ਮ ਨਾਲ ਜੋੜ ਕੇ ਰੱਖਦੇ ਨੇ ਇੱਕ ਗੱਲ ਇੱਕ ਗੱਲ ਦਾ ਜਵਾਬ ਦੇ ਦਿਓ ਇੱਕ ਗੱਲ ਜੰਮੂ ਕਸ਼ਮੀਰ ਦੀ ਗੱਲ ਦਾ ਜਵਾਬ ਦੇ ਦਿਓ ਗੱਲ ਦਾ ਜਵਾਬ ਦੇ ਦਿਓ
फिर जे तुसीं तुहानूं सिक्खी गल जोड़न दी जां पंजाबी गल दी जोड़न दी तुसीं ज़्यादा गुस्सा कर रहे हो अलर्जी खा रहे हो तां देश दे विच हिंदू हिंदी हिंदुस्तान दी गल क्यों कीती जा रही है क्यों कीती जा रही है इहदा वी जवाब दो हिंदू हिंदू हिंदुस्तान दी गल क्यों कीती जा रही है इहदा वी जवाब दो पहलां जम्मू कश्मीर दा जवाब दे दे तुहाडी इह गल ठीक है वी पंजाबी जिहड़ा उह हमेशा जुल्म दे खिलाफ जां उहदे नाल लड़दा इहदे नाल खड़दा इहनां ने बड़ी सोहणी गल करती सच्चाई है इहदे विच सिख होण दे नाते कमजोर दे जिहड़ा लड़दा कोई प्रॉब्लम आ उहदे नाल खड़ना चाहीदा पर श्रीमान जी उत्थे रोज़ पत्थर इट्टा मार मार के साडे फौजी मरदे सीगे कश्मीर दे अंदर भुल गए आपां उहनां फौजियां नाल कौन खड़ा होएगा उहनां मावां दे नाल जाके जिन्हां ने बहुत उत्थे मरे ने शहीद होए ने किसे ने गल कीती उहनां दी अज चेता आ गया जी जे उत्थे असीं कंट्रोल कर लिया चीज़ इहनां ने गल कीती वी उत्थे आ हो गया आ हो गया श्रीमान जी उत्थे कोई वड्डा ना तां लड़ाई होई है ना कोई वड्डा कोई ब्लडशल होई है ना कोई इहो जी कोई घटना सामने आई है आ तिन्नां महीनियां दे विच ਇਹ ਕੰਟਰੋਲ ਕਰਕੇ ਜੇ ਰਿਹਾ ਹੈ ਕੋਈ ਨਹੀਂ ਵੱਡਾ ਨੁਕਸਾਨ ਹੋਇਆ ਤਾਂ ਇਹਦੇ ਨਾਲ ਕਿਸੇ ਨੂੰ ਕੀ ਪ੍ਰੋਬਲਮ ਹੈ ਚਲੋ ਠੀਕ ਅੱਜ ਜਸਟਿਸ ਕਰਨ ਦੀ ਗੱਲ ਹੈ ਤੇ ਜਸਟਿਸ ਉਹਨਾਂ ਮਾਵਾਂ ਦੇ ਪੁੱਤਾਂ ਨਾਲ ਵੀ ਹੋਵੇ ਨਾ ਜਿਹੜੇ ਫੌਜੀ ਮਰਦੇ ਰਹੇ ਨੇ ਚਲੋ ਢਿੱਲੋ ਸਾਹਿਬ ਤੁਹਾਡਾ ਆਰਗੂਮੈਂਟ ਆ ਗਿਆ ਤੁਹਾਡਾ ਪੱਤਰਾਂ ਦੇ ਨਾਲ ਉਹਨਾਂ ਦਾ ਬੁਰਾ ਹਾਲ ਕਰਦੇ ਰਹੇ ਨੇ ਸੋ ਇਸ ਕਰਕੇ ਛਿੱਬੜ ਸਾਹਿਬ ਨੇ ਨਾ ਸੋਚੋ ਛਿੱਬੜ ਸਾਹਿਬ ਨੇ ਇੱਕ ਸਵਾਲ ਕੀਤਾ ਹਿੰਦੂ ਹਿੰਦੀ ਹਿੰਦੁਸਤਾਨ ਦੀ ਗੱਲ ਕਰਨ ਵਾਲੇ ਕਿਹਨੂੰ ਦੱਸ ਰਹੇ ਆ ਜਿਵੇਂ ਪੰਜਾਬ ਦੇ ਵਿੱਚ ਰਹਿਣ ਵਾਲਾ ਪੰਜਾਬੀ ਇਦਾਂ ਹਿੰਦੁਸਤਾਨ ਪੂਰਾ ਜਿਹੜਾ ਉਹਦੇ ਪੂਰੇ ਹਿੰਦੁਸਤਾਨ ਦੇ ਵਿੱਚ ਰਹਿਣ ਵਾਲਾ ਉਹਨੂੰ ਹਿੰਦੀ ਕਹਿੰਦੇ ਆ ਹਿੰਦ ਕਾ ਪੀਰ ਕਿਹਾ ਸੀਗਾ ਗੁਰੂ ਨਾਨਕ ਦੇਵ ਜੀ ਨੂੰ ਔਰ ਅਰਬ ਦੇ ਮੁਸਲਮਾਨਾਂ ਨੇ ਤੁਸੀਂ ਲਈ ਫਿਰਦੇ ਫਲਸਫੇ ਤੁਸੀਂ ਨਹੀਂ ਫਲਸਫਾ ਅੱਜ ਨਹੀਂ ਪੈਦਾ ਕੀਤਾ ਆਰ ਐਸ ਨੇ ਨਹੀਂ ਕੀਤਾ ਗੁਰੂ ਸਾਹਿਬ ਨੇ ਆਰ ਐਸ ਨੇ ਨਹੀਂ ਕੀਤਾ ਹਿੰਦ ਕਾ ਪੀਰ ਹਿੰਦ ਕਾ ਪੀਰ ਉਹਨਾਂ ਨੇ ਕਿਹਾ ਸੀਗਾ ਮੱਕੇ ਮਦੀਨੇ ਵਾਲਿਆਂ ਨੇ ਕਿ ਹਿੰਦ ਕਾ ਪੀਰ ਆਇਆ ਹੈ ਢਿੱਲੋ ਸਾਹਿਬ ਆਪਾਂ ਨਾ ਇਹਨਾਂ ਆਰਗੂਮੈਂਟ ਨਹੀਂ ਤੁਸੀਂ ਗੱਲ ਨੂੰ ਫਿਰ ਆਰਗੂਮੈਂਟ ਤਾਂ ਤੁਸੀਂ ਪੋਲੀਟੀਕਲ ਆਰਗੂਮੈਂਟ ਕਰ ਲਓ ਨਾ ਇਹਨਾਂ ਆਰਗੂਮੈਂਟ ਇਹਨਾਂ ਆਰਗੂਮੈਂਟ ਨਾ ਚਾਹਣਾ ਮੈਂ ਦੱਸਣਾ ਚਾਹੁੰਦਾ ਠੀਕ ਹੈ ਠੀਕ ਹੈ ਰਹਿਣ ਵਾਲੇ ਨੂੰ ਠੀਕ ਹੈ ਢਿੱਲੋ ਸਾਹਿਬ ਕਹਿੰਦੇ ਆ ਕਿ ਨਹੀਂ ਕਹਿੰਦੇ ਦੱਸੋ ਢਿੱਲੋ ਸਾਹਿਬ ਢਿੱਲੋ ਸਾਹਿਬ ਠੀਕ ਹੈ ਬੋਲੋ ਨਹੀਂ ਕਹਿੰਦੇ ਦੱਸੋ ਇਹ ਗੱਲ ਭਾਰਤੀ ਕਿਉਂ ਨਹੀਂ ਕਹਿੰਦੇ ਤੁਸੀਂ ਭਾਰਤੀ ਕਿਉਂ ਨਹੀਂ ਕਹਿੰਦੇ ਭਾਰਤੀ ਕਿਉਂ ਹਾਂ ਸੁਣੋ ਹਾਂ ਬੋਲੋ ਗੁਰੂ ਨਾਨਕ ਉਹਦਾ ਧਰਮ ਨਾਲ ਕੋਈ ਸੰਬੰਧ ਨਹੀਂ ਉਹਦੇ ਜੈਨੀ ਨਹੀਂ ਇੱਕ ਮਿੰਟ ਢਿੱਲੋ ਸਾਹਿਬ ਤੁਹਾਡੀ ਗੱਲ ਆ ਗਈ ਨਾ ਹੁਣ ਢਿੱਲੋ ਸਾਹਿਬ ਆ ਗਈ ਗੱਲ ਤੁਹਾਡੀ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਭਾਵੇਂ 1 ਨਵੰਬਰ ਤੋਂ ਲੈ ਕੇ ਤੇ 12 ਨਵੰਬਰ ਤੱਕ ਸੀ ਉਹ ਦੇਸ਼ ਦੁਨੀਆ ਦੇ ਵਿੱਚ ਹੁਣ ਵੀ ਮਨਾਇਆ ਜਾ ਰਿਹਾ ਗੁਰੂ ਸਾਹਿਬ ਨੇ ਕੀ ਕਿਹਾ ਸੀ ਇਤੀ ਮਾਰ ਪਈ ਕਰਲਾਣੇ ਤੈਂ ਕੀ ਦਰਦਨ ਆਇਆ ਉਹਨਾਂ ਨੇ ਉਸ ਅਕਾਲ ਪੁਰਖ ਨੂੰ ਅਲਾਮਾ ਦਿੱਤਾ ਸੀ ਉਸ ਵਕਤ ਅਤੇ ਤੁਸੀਂ ਅੱਜ ਉਸ ਗੁਰੂ ਨਾਨਕ ਦੇ ਪੈਰੋਕਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਐਵੇਂ ਵਿੱਚ ਹਰ ਮਸਲੇ ਦੇ ਵਿੱਚ ਟੰਗ ਅਡਾਉਂਦੇ ਹੋ ਇਹ ਮਤਲਬ ਟੰਗ ਅਡਾਉਣ ਵਾਲੀ ਗੱਲ ਹੈ ਮਤਲਬ ਤੁਸੀਂ ਕੀ ਕਹਿ ਰਹੇ ਹੋ ਕਿ ਗੁਰੂ ਨਾਨਕ ਦੀ ਸਿੱਖੀ ਨੂੰ ਤੁਸੀਂ ਇਹ ਸੰਦੇਸ਼ ਦੇਣਾ ਚਾਹ ਰਹੇ ਹੋ ਤੁਸੀਂ ਵੀ ਉਹਦੇ ਵਿੱਚ ਹੋ ਕਿ ਤੁਹਾਡੇ ਸਾਹਮਣੇ ਕੋਈ ਜ਼ੁਲਮ ਹੋ ਰਿਹਾ ਤਸ਼ੱਦਦ ਹੋ ਰਿਹਾ ਕੋਈ ਗਲਤ ਗੱਲ ਹੋ ਰਹੀ ਹੈ ਜਿਹੜੀ ਜੰਮੂ ਕਸ਼ਮੀਰ ਗੱਲ ਪੂਰੀ ਹੋ ਲੈਂਦੇ ਹੋ ਗੱਲ ਪੂਰੀ ਹੋ ਲੈਂਦੇ ਹੋ ਜੰਮੂ ਕਸ਼ਮੀਰ ਦੇ ਵਿੱਚ ਵੀ ਮੌਕੇ ਦੀਆਂ ਸਰਕਾਰਾਂ ਨੇ ਜੇ ਤੁਹਾਡੇ ਕੋਲ ਨੀਤੀ ਹੈਗੀ ਹੈ ਤੁਸੀਂ ਅੱਜ ਕਹਿ ਰਹੇ ਹੋ ਕਿ ਤੁਹਾਡੇ ਕੋਲ ਜਾਦੂ ਦੀ ਛੜੀ ਆ ਗਈ ਤੁਸੀਂ 3 ਮਹੀਨਿਆਂ ਦੇ ਵਿੱਚ ਪੱਥਰਬਾਜ਼ਾਂ ਨੂੰ ਰੋਕ ਲਿਆ ਤੁਸੀਂ ਉੱਥੇ ਮਿਲੀਟੈਂਸੀ ਨੂੰ ਰੋਕ ਲਿਆ ਚੰਗੀ ਗੱਲ ਹੈ ਪਰ ਇਹਦੇ ਜਿਹੜੇ ਤਹਿ ਤੱਕ ਹਾਲਾਤ ਉਹ ਓਨੀ ਦੇਰ ਤੱਕ ਦੂਰ ਨਹੀਂ ਹੋਣੇ ਜਿੰਨੀ ਦੇਰ ਤੱਕ ਜਿਵੇਂ ਪੰਜਾਬ ਦੀ ਸਮੱਸਿਆ ਦੀ ਗੱਲ ਕਰ ਰਹੇ ਹਾਂ ਕਿਸੇ ਵੀ ਚੀਜ਼ ਦਾ ਕਈ ਵਾਰੀ ਕੀ ਹੁੰਦਾ ਬੰਦੇ ਦੀ ਕਿਡਨੀ ਫੇਲ ਹੋ ਜਾਂਦੀ ਹੈ ਤਾਂ ਡਾਕਟਰ ਕਹਿ ਦਿੰਦੇ ਆ ਕਿ ਤੇਰੇ ਕੋਲ ਸਮਾਂ ਹੁਣ ਥੋੜ੍ਹਾ ਪਰ ਉਹਨੂੰ ਇਹ ਲੱਗਦਾ ਕਿ ਯਾਰ ਮੇਰਾ ਸਰੀਰ ਤਾਂ ਬਿਲਕੁਲ ਠੀਕ ਹੈ ਮੈਨੂੰ ਤਾਂ ਕੋਈ ਇਹੋ ਜਿਹੀ ਗੱਲ ਹੈਗੀ ਨਹੀਂ ਅੱਜ ਤੁਸੀਂ ਕੀ ਕਰ ਰਹੇ ਹੋ ਤੁਹਾਨੂੰ ਬਾਹਰੋਂ ਨਜ਼ਰ ਆ ਰਿਹਾ ਕਿ ਸਭ ਕੁਝ ਠੀਕ ਹੈ ਨਾਗਾਲੈਂਡ ਗੋਰਖਾਲੈਂਡ ਕਿੱਧਰ ਕਿੱਧਰ ਕਿੱਥੇ ਕਿੱਥੇ ਕੀ ਹੋ ਰਿਹਾ ਹੈ ਮਤਲਬ ਇਹ ਆ ਕਿ ਸਾਰੇ ਲੋਕਾਂ ਦੇ ਨਾਲ ਇਕੱਲੀ ਅਸੀਂ ਸਿੱਖ ਦੀ ਨਹੀਂ ਗੱਲ ਕਰਦੇ ਪੰਜਾਬ ਦੀ ਨਹੀਂ ਗੱਲ ਕਰਦੇ ਮਨੁੱਖਤਾ ਦੀ ਗੱਲ ਕਰਦੇ ਹਾਂ ਜੇਕਰ ਸਰਕਾਰ ਚਾਹੁੰਦੀ ਹੈ ਮੈਂ ਤਾਂ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਕੇਂਦਰ ਸਰਕਾਰ ਦੇ ਉਹਨਾਂ ਨੀਤੀ ਘਾੜਿਆਂ ਨੂੰ ਕਿ ਤੁਸੀਂ ਭਾਈ ਮੇਰੀ ਗੱਲ ਪੂਰੀ ਹੋ ਲੈਂਦੇ ਹੋ ਮਾਲੀ ਸਾਹਿਬ ਨੇ ਬੋਲਣਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕਿਸੇ ਵੀ ਧਿਰ ਨਾਲ ਨਾ ਗੱਲ ਕਰੋ ਲੇਕਿਨ ਤੁਸੀਂ ਜੋ ਤੁਹਾਡੇ ਸਾਹਮਣੇ ਸਮੱਸਿਆਵਾਂ ਨੇ ਜਿਨ੍ਹਾਂ ਦੇ ਉੱਤੇ ਖੂਨੀ ਸੰਘਰਸ਼ ਹੋਇਆ ਜਾਂ ਧਰਮ ਯੁੱਧ ਮੋਰਚਾ ਹੋਇਆ ਉਹਨਾਂ ਨੇ ਤਾਂ ਸਰਕਾਰਾਂ ਬਣਾ ਲਈਆਂ 4-4 ਵਾਰੀ ਲੇਕਿਨ ਕੀ ਸਰਕਾਰ ਬਣਾਉਣ ਵਾਸਤੇ ਇਹ ਸੰਘਰਸ਼ ਲੜਿਆ ਗਿਆ ਸੀ ਨਾ ਕਰੋ ਨਾ ਬਿਲਕੁਲ ਗਲਤ ਗੱਲ ਹੈ ਇਦਾਂ ਨਹੀਂ 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 ਬਿਲਕੁਲ ਮੈਂ ਨਾ ਬਿਲਕੁਲ ਜਾਇਜ਼ ਨਹੀਂ ਨਹੀਂ ਤੁਸੀਂ ਨਾ ਇਦਾਂ ਨਾ ਕਰੋ ਇੱਕ ਮਿੰਟ ਪਲੀਜ਼ ਇੱਕ ਮਿੰਟ ਤੁਹਾਡੀ ਗੱਲ ਆ ਗਈ ਨਾ ਨਾ ਇਹ ਪ੍ਰਚਾਰ ਕਰਨ ਵਾਸਤੇ ਮੰਚ ਨਹੀਂ ਹੈਗਾ ਇਹ ਆਰਗੂਮੈਂਟ ਕਰਨ ਵਾਸਤੇ ਮੰਚ ਹੈ ਛਿੱਬੜ ਸਾਹਿਬ ਸਾਡਾ ਤੇ ਇੱਕ ਮਿੰਟ ਪਲੀਜ਼ ਤੁਸੀਂ ਗੱਲ ਕਰ ਸਭ ਦੀ ਗੱਲ ਕਰਦੇ ਛਿੱਬੜ ਸਾਹਿਬ ਜੀ ਐਮ ਐਸ ਬਿੱਟਾ ਤੇ ਰਵਨੀਤ ਬਿੱਟੂ ਦੇ ਵਿਰੋਧ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਵੇ ਦੇਖੋ ਇੱਕ ਪਾਸੇ ਤਾਂ ਉਹ ਗੱਲ ਕਹਿ ਰਿਹਾ ਵੀ ਅਸੀਂ ਸੰਵਿਧਾਨ ਨੂੰ ਮੰਨਦੇ ਆ ਉਹ ਬੰਦੇ ਜਿਹੜੇ ਰਮਨੀਤ ਬਿੱਟੂ ਗੱਲ ਕਹਿ ਰਿਹਾ ਵੀ ਜੇਕਰ ਜਾਂ ਗੁਰਕਿਰਤ ਕਹਿ ਰਿਹਾ ਵੀ ਜਿਹੜੇ ਰਾਜੋਵਾਣਾ ਹੈ ਜਾਂ ਦੂਜੇ ਆਪਣੇ
ਭੁੱਲਰ ਸਾਹਿਬ ਆ ਜਾਂ ਕੋਈ ਹੋਰ ਆ ਜਿਹੜੇ ਬਾਹਰ ਆ ਰਹੇ ਆ, ਵੀ ਜੇ ਉਹ ਸੰਵਿਧਾਨ ਨੂੰ ਮੰਨਦੇ ਨੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਸੰਵਿਧਾਨ ਦੀਆਂ ਜਿਹੜੀਆਂ ਧਰਾਵਾਂ ਮੁਤਾਬਕ ਤੁਹਾਨੂੰ ਰਿਹਾਅ ਕੀਤਾ ਜਾ ਰਿਹਾ, ਫਿਰ ਤੁਸੀਂ ਕਿਉਂ ਨਹੀਂ ਮੰਨਦੇ? ਜੇ ਭਾਰਤ ਦਾ ਸੰਵਿਧਾਨ ਅਲਾਓ ਕਰਦਾ ਹੈ ਜਾਂ ਰਾਸ਼ਟਰਪਤੀ ਅਲਾਓ ਕਰਦਾ ਹੈ, ਗਵਰਨਰ ਸਾਹਿਬ ਅਲਾਓ ਕਰਦੇ ਆ, ਉਹ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਕਰਦੇ ਨੇ। ਇਸ ਕਰਕੇ ਗੱਲ ਸੱਚੀ ਇਹ ਆ KP ਜੀ, ਇਹ ਸਿਰਫ ਤੇ ਸਿਰਫ ਸਿਆਸੀ ਰੋਟੀਆਂ ਸਿੱਕੀਆਂ ਜਾ ਰਹੀਆਂ ਨੇ। ਕੁਝ ਜਥੇਬੰਦੀਆਂ, ਕੁਝ ਏਜੰਸੀਆਂ ਅਜਿਹੀਆਂ ਨੇ ਜਿਨ੍ਹਾਂ ਦਾ ਕੰਮ ਕੁਝ ਨਾ ਕੁਝ ਕਰਕੇ ਵਿਰੋਧ ਕਰਨਾ, ਔਰ ਉਹਨਾਂ ਦੇ 10 ਬੰਦੇ ਨਾਲ ਨਹੀਂ ਹੈਗੇ, 20 ਬੰਦੇ ਨਾਲ ਨਹੀਂ, 20-20 ਬੰਦਿਆਂ ਦੀ ਉਹ ਗਨਮੈਨਾਂ ਦੀ ਜਿਹੜੀ ਫੌਜ ਲਈ ਬੈਠੇ ਨੇ, ਸਿਰਫ ਸਿਰਫ ਆਪਣੀ ਜਿਹੜੀ ਸੁਰੱਖਿਆ ਵਧਾਉਣ ਵਾਸਤੇ, ਸਰਕਾਰੀ ਜਿਪਸੀਆਂ ਲੈਣ ਵਾਸਤੇ, ਸਰਕਾਰੀ ਸਿਕਿਉਰਿਟੀ ਲੈਣ ਵਾਸਤੇ ਉਹਨਾਂ ਨੇ ਹਰ ਦੂਜੇ ਦਿਨ ਤੀਜੇ ਦਿਨ ਇੱਕ ਅਜਿਹਾ ਜਿਹਾ ਬਿਆਨ ਦੇ ਦੇਣਾ ਤਾਂ ਕਿ ਫਿਰ ਬਾਅਦ 'ਚੋਂ ਜੇ ਕਿਤੇ ਕੋਈ ਫੜਦੀ ਆ ਪੁਲਿਸ, ਉਹ ਬਿਆਨ ਲਿਖ ਦਿੰਦੇ ਜੀ ਇਹਨੇ ਤਾਂ ਜੀ ਫਲਾਣੇ ਨੂੰ ਮਾਰਨਾ ਤਾਂ ਜੀ ਦੱਸੋ ਜੀ। ਇਹ ਹਰੇਕ ਇੱਦਾਂ ਹੀ ਹੁੰਦਾ ਵੀ ਫਲਾਣੇ ਨੂੰ ਮਾਰਨਾ, ਉਹਦੀ ਸਕਿਉਰਿਟੀ ਫੇਰ ਵਧਾ ਦਿੰਦੇ ਆ। ਇਹ ਜਾਣ ਬੁੱਝ ਕੇ ਸਿਰਫ ਸਕਿਉਰਿਟੀ ਲੈਣ ਵਾਸਤੇ ਆਪਣਾ ਡਰਾਮਾ ਰਚਿਆ ਜਾ ਰਿਹਾ। ਠੀਕ ਹੈ ਮਾਲਿਕ ਸਾਹਿਬ, ਲਾਸਟ ਪੁਆਇੰਟ ਮੈਨੂੰ ਤੁਹਾਡੇ ਤੋਂ ਚਾਹੀਦੀ ਹੈ ਸੰਖੇਪ ਦੇ ਵਿੱਚ। ਇਸ ਪੂਰੀ ਡਿਬੇਟ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੇ ਹੁਣ ਬਾਕੀ ਕੀ ਹੈਗਾ? ਬਾਕੀ ਇਹੀ ਹੈ ਪੰਜਾਬ ਦੇ ਮਸਲੇ, ਉਹ ਬਾਕੀ ਹੈਗੇ ਜਾਂ ਕੁਝ ਹੋਰ ਵੀ ਤੁਹਾਨੂੰ ਬਾਕੀ ਲੱਗਦਾ ਪਿਆ? ਨਹੀਂ, ਵੱਡੀ ਗੱਲ ਇਹ ਹੈ ਮਤਲਬ ਜਿਹੜੀ ਸਟੇਟ ਆ ਨਾ ਜੀ, ਉਹਨੂੰ ਆਪਦੀ ਜਿਹੜੀ ਧਾਰਮਿਕ ਘੱਟ ਗਿਣਤੀਆਂ ਪ੍ਰਤੀ ਨੀਤੀ ਆ ਉਹ ਤੇ ਨਜ਼ਰਸਾਨੀ ਕਰਨ ਦੀ ਲੋੜ ਆ ਵੀ ਇਹ ਨੇ ਜਿਹੜੀਆਂ ਇਹਨਾਂ ਨਾਲ ਜੇ ਇਹ ਕਿਉਂ ਹੁੰਦਾ ਵੀ ਜਦੋਂ ਮੁਸਲਮਾਨ ਟਾਰਗੇਟ ਬਣਾਏ ਜਾਂਦੇ ਨੇ, ਸਿੱਖ ਬਣਾਏ ਜਾਂਦੇ ਨੇ, ਮੈਂ ਕਹਿੰਦਾ ਗਲਤ ਠੀਕ ਛੱਡ ਦਿਓ ਜੀ ਤੁਸੀਂ, ਉਹਦੇ ਕਿਉਂ ਹੁੰਦਾ ਵੀ ਇਹ ਉਭਾਰ ਪੈਦਾ ਹੁੰਦਾ, ਰਾਸ਼ਟਰਵਾਦ ਬਹੁਤ ਮਜ਼ਬੂਤ ਹੋ ਗਿਆ। ਦੂਜੀ ਗੱਲ ਤੁਸੀਂ ਵਾਰ ਵਾਰ ਇਹਨੂੰ ਕਸ਼ਮੀਰ ਨਾਲ ਜੋੜ ਕੇ ਕਿਉਂ ਦੇਖਣਾ ਚਾਹੁੰਦੇ? ਦੇਖੋ ਮੈਂ ਤੁਹਾਨੂੰ ਇਹ ਕਹਿਣਾ, ਨੀਤੀ ਬਦਲਣੀ ਚਾਹੀਦੀ ਆ, ਪਾਲਿਸੀ ਬਦਲਣੀ ਚਾਹੀਦੀ ਆ। ਦੇਖੋ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਹਾਂ ਦਿੱਲੀ ਦੇ ਵਿੱਚ ਜੀ 3000 ਸਿੱਖ ਮਰ ਗਏ, ਪੰਜਾਬ ਦੇ ਵਿੱਚ ਤਾਂ ਪਲੈਨਿੰਗ ਕਰਕੇ ਮਾਰੇ ਨੇ ਨਾ ਜੀ, ਫੜ ਫੜ ਕੇ ਮਾਰੇ ਨੇ ਨਾ ਜੀ। ਉਹ ਉਹਨਾਂ ਨੂੰ ਸਜ਼ਾ ਕੌਣ ਦਿਓ? ਉਹਨਾਂ ਉਹ ਮਾਵਾਂ ਦੇ ਪੁੱਤਾਂ ਦੇ ਉਹਨਾਂ ਦੀ ਹੱਕ ਆਉਣਾ? ਠੀਕ ਆ ਹਿੰਦੂ ਵੀ ਮਰੇ ਨੇ, ਮੈਂ ਕਹਿੰਦਾ ਗਲਤ ਮਰੇ ਨੇ। ਕਸ਼ਮੀਰੀ ਪੰਡਿਤ ਜੇ ਕੋਈ ਮਾਰਿਆ ਜਾਂਦਾ ਅਸੀਂ ਉਦੋਂ ਵੀ ਕਹਿੰਦੇ ਰਹੇ, ਹੁਣ ਵੀ ਕਹਿੰਦੇ ਗਲਤ ਆ। ਪਰ ਇਹ ਥੋੜ੍ਹਾ ਹੁੰਦਾ ਵੀ ਕਿਉਂਕਿ ਉੱਥੇ ਹਿੰਦੂ ਮਰ ਗਿਆ ਜਾਂ ਇੱਥੇ ਇੱਕ ਬੱਸ 'ਚੋਂ ਕੱਢ ਕੇ ਹਿੰਦੂ ਮਾਰਤੇ ਤਾਂ ਫਿਰ ਅਸੀਂ ਵਡਾਂਗਾ ਕਰਨਾ? ਸਰਕਾਰ ਆ ਜਿਹੜੀ ਉਹਦੀ ਨੀਤੀ ਪਾਲਸੀ ਹੋਰ ਹੋਣੀ ਚਾਹੀਦੀ ਆ। ਪੰਜਾਬ ਦੇ ਮਸਲੇ ਕਿਸੇ ਨੇ ਨਹੀਂ ਕਿਹਾ ਸਿੱਖਾਂ ਦਾ ਪਾਣੀ, ਸਿੱਖਾਂ ਦੀ ਰਾਜਧਾਨੀ, ਇਤਿਹਾਸ ਕੱਢ ਕੇ ਦੇਖ ਪਾਣੀ ਇਹ ਕਿਥੋਂ ਪੀਂਦਾ? ਜਿਹੜੇ ਜਿਹੜੀਆਂ ਪਾਰਟੀਆਂ ਦੀ ਗੱਲ ਕਰਦੇ ਉਹ ਕਿਥੋਂ ਪਾਣੀ ਪੀਂਦੇ ਆ? ਮਸਲਾ 1900 ਕਿਉਂ ਨੂੰ ਇੱਕ ਮਿੰਟ ਪਲੀਜ਼, ਇੱਕ ਮਿੰਟ ਵੀ, ਫਿਰ ਤੁਸੀਂ ਆਪੇ ਡਿਸਕਸ਼ਨ ਕਰ ਲਾ ਪਹਿਲੇ। ਇਹ ਜੇ ਸਿੱਖ ਮੂਰੇ ਹੋ ਕੇ ਲੜਦੇ ਨੇ ਇਹਦੀ ਉਹਨਾਂ ਨੂੰ ਸਜ਼ਾ ਥੋੜੋ ਮਿਲਣੀ ਆ? ਜੇ ਸਿੱਖਾਂ ਦਾ ਇੱਕ ਇਤਿਹਾਸ ਆ ਇਹ ਆ, ਉਹਨਾਂ ਦੀ ਕਦਰ ਕਰਨੀ ਚਾਹੀਦੀ ਆ। ਜੇ ਇਹੋ ਜਿਹੇ ਫੈਸਲੇ ਹੋ ਰਹੇ, ਇੱਕ ਮਿੰਟ ਮਾਲੀ ਸਾਹਿਬ, ਜੇ ਇਹੋ ਜਿਹੇ ਫੈਸਲੇ ਹੋ ਰਹੇ ਆ ਕਿ ਸਿੱਖ ਕੌਮ ਹੈ ਜਿਹੜੀ ਜਾਂ ਪੰਜਾਬੀਅਤ ਪੰਜਾਬੀ ਆ ਜਿਹੜੇ ਉਹ ਜ਼ਬਰ ਜ਼ੁਲਮ ਦੇ ਖਿਲਾਫ ਲੜਨਾ ਬੰਦ ਕਰ ਦਿੰਦੇ? ਨਹੀਂ ਕਰਨਗੇ ਜੀ, ਉਹਨਾਂ ਨੇ ਆਪਦਾ ਰੋਲ ਨਿਭਾਉਣੀ ਨਿਭਾਉਣਾ। ਆਪਾਂ ਚਲੋ ਉਦੋਂ ਤਾਂ ਪੰਜਾਬੀ ਬੋਲੀ ਦੀ ਗੱਲ ਕਰਦੇ ਆ, ਮੈਨੂੰ ਗੁਜਰਾਤ 'ਚ ਇੱਕ ਨੀਂਹ ਪੱਥਰ ਹੋਇਆ ਜਾ ਦਿਖਾਓ ਜਿਹੜਾ ਲਾਂਘੇ 'ਤੇ ਲੱਗਿਆ ਜਿੱਥੇ ਪੰਜਾਬੀ ਨਾ ਹੋਵੇ, ਇੱਕ ਨੀਂਹ ਪੱਥਰ ਦਿਖਾਓ, ਇੱਕ ਉਹ ਵੋਟ ਦਿਖਾਓ। ਕਿਉਂ ਹੁੰਦਾ ਇਹ ਸਾਡੇ ਨਾਲ? ਇਹ ਵੈਲਕਮ ਸਟੈਪ ਹੈ ਕਿ ਨਹੀਂ? ਕਿਹੜਾ ਜੀ ਇਹ ਵਾਲਾ? ਨਹੀਂ ਠੀਕ ਆ, ਇਹਨਾਂ ਨੇ ਬੇਇਨਸਾਫੀ ਆਪਣੀ ਦੂਰ ਕੀਤੀ ਆ, ਮਾਫੀ ਮੰਗਣ ਤੇ ਉਹਨਾਂ ਨੂੰ ਮੁਆਵਜ਼ਾ ਦੇਣ ਵੱਡੀ ਬਹੁਤ ਬਹੁਤ ਧੰਨਵਾਦ ਮਾਲੀ ਸਾਹਿਬ, ਬਹੁਤ ਧੰਨਵਾਦ ਢਿੱਲੋ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਪੀਰ ਮਸਾ ਤੁਹਾਡਾ ਬਹੁਤ ਧੰਨਵਾਦ, ਸਰਕਾਰ ਪਾਰਟੀਆਂ ਦਾ ਬਹੁਤ ਧੰਨਵਾਦ, ਬਹੁਤ ਬਹੁਤ ਅਚਾਰ ਦੇ ਫੈਸਲੇ ਸਰਕਾਰਾਂ ਨੇ ਹੁੰਦੇ ਨੇ, ਬਹੁਤ ਜਿਹੜੇ ਆਰਗੂਮੈਂਟ ਤੁਸੀਂ ਸਾਰਿਆਂ ਨੇ ਰੱਖੇ ਹੈਗੇ ਆ, ਇਹਨਾਂ ਆਰਗੂਮੈਂਟਸ ਦੇ ਵਿੱਚੋਂ ਸਾਡੇ ਦਰਸ਼ਕ ਹੈ ਜਿਹੜੇ ਉਹ ਫੈਸਲਾ ਕਰਨਗੇ ਕਿਹਦਾ ਆਰਗੂਮੈਂਟ ਹੈ ਜਿਹੜਾ ਜ਼ਬਰਦਸਤ ਹੈਗਾ, ਕਿਹਦੇ ਆਰਗੂਮੈਂਟ ਦੇ ਵਿੱਚ ਵਜ਼ਨ ਹੈਗਾ, ਜੇ ਇਹ ਬੰਦੀ ਸਿੰਘਾਂ ਨੂੰ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਸਰਕਾਰ ਛੱਡ ਰਹੀ ਹੈਗੀ ਆ, ਕਿੰਨਾ ਕੁ ਸਵਾਗਤ ਕਰਨਾ ਚਾਹੀਦਾ ਅਤੇ ਉਸ ਸਵਾਗਤ ਦੇ ਪਿੱਛੇ ਪਰਦਾ ਕਿਹੜਾ ਹੈਗਾ ਅਤੇ ਉਸ ਪਰਦੇ ਦੇ ਪਿੱਛੇ ਮੁੱਦਾ ਕਿਹੜਾ ਹੈਗਾ ਜਿਸ ਨੂੰ ਫੜਨ ਦੀ ਜ਼ਰੂਰਤ ਹੈਗੀ ਆ, ਜਿਸ ਦਾ ਹੱਲ ਚਾਹੀਦਾ ਹੈਗਾ? ਬਹੁਤ ਸਾਰੇ ਇਹੋ ਜਿਹੇ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਉੱਠਦੇ ਆ, ਮੇਰੇ ਜ਼ਿਹਨ ਦੇ ਵਿੱਚ ਵੀ ਉੱਠਦੇ ਆ, ਇਸ ਲਈ ਸਵਾਲ ਕਰਦਾ ਹੈਗਾ, ਪਰ ਸਵਾਲ ਤੁਹਾਡੇ ਬਹੁਤੇ ਹੁੰਦੇ ਆ, ਮੇਰੇ ਆਪਦੇ ਨਹੀਂ ਹੁੰਦੇ। ਇਹ ਡਿਬੇਟ ਸਵਾਲ ਬਣਾਉਂਦੀ ਹੈ ਅਤੇ ਉਹ ਸਵਾਲ ਮੈਂ ਪੁੱਛ ਲੈਣਾ, ਅਗਲੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ 'ਤੇ ਹੋਰ ਸਵਾਲ ਵੀ ਬਾਹਰ ਆਉਣਗੇ ਅਤੇ ਉਹ ਵੀ ਪੁੱਛੂੰਗਾ ਜ਼ਰੂਰ। ਬਹੁਤ ਧੰਨਵਾਦ।